ਮੈਕ ਦਾ ਪੰਜਾਬ ਰੇਡੀਓ ਸੁਣ ਰਹੇ ਸਮੂਹ ਸਰੋਤਿਆਂ ਨੂੰ ਅੰਮ੍ਰਿਤਸਰ ਦੇ ਸਟੂਡੀਓ ਤੋਂ ਤੁਹਾਡਾ ਹੋਸਟ ਪਪਲਪ੍ਰੀਤ ਸਿੰਘ ਫਤਿਹ ਸਾਂਝੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਰੇਸ਼ਮ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ। ਉਹਨਾਂ ਨਾਲ ਕੁਝ ਵਿਚਾਰਾਂ ਦੀ ਸਾਂਝ ਸਰਬੱਤ ਖਾਲਸਾ ਦੇ ਸੰਬੰਧ ਵਿੱਚ ਕੀਤੀ ਜਾਣੀ ਆ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਰਦਾਰ ਰੇਸ਼ਮ ਸਿੰਘ ਜੀ, ਮੈਕ ਦਾ ਪੰਜਾਬ ਰੇਡੀਓ ਤੇ ਤੁਹਾਡਾ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜੀ, ਆਇਆਂ ਨੂੰ। ਅੱਜ ਆਪਾਂ ਇੱਥੇ ਗੱਲ ਵੱਖ ਵੱਖ ਵਿਸ਼ਿਆਂ ਤੇ ਕਰਨੀ ਆ। ਸੋ ਸਭ ਤੋਂ ਪਹਿਲਾਂ ਆਪਾਂ ਯਾਦ ਕਰਦੇ ਹਾਂ 14 ਅਕਤੂਬਰ 2015 ਨੂੰ ਪਿਛਲੇ ਸਾਲ ਬਹਿਬਲ ਕਲਾਂ ਵਿਖੇ ਇੱਕ ਗੋਲੀਕਾਂਡ ਵਾਪਰਿਆ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਖਿਲਾਫ ਸਿੱਖ ਸ਼ਾਂਤਮਈ ਰੂਪ ਦੇ ਵਿੱਚ ਸੜਕ ਦੇ ਬਹਿ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸਨ ਅਤੇ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੀ ਪੁਲਿਸ ਨੇ ਉੱਥੇ ਬਿਨਾਂ ਕਿਸੇ ਉਕਸਾਹਟ ਤੋਂ ਫਾਇਰਿੰਗ ਕਰਕੇ ਦੋ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਸੀ। ਸੋ ਸਭ ਤੋਂ ਪਹਿਲਾਂ ਆਪਾਂ ਸਿੰਘਾਂ ਦੀ ਯਾਦ ਵਿੱਚ ਫਤਿਹ ਗਜਾਈਏ। ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ, ਸ਼ਹੀਦ ਭਾਈ ਗੁਰਜੀਤ ਸਿੰਘ ਸਰਾਵਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਆਪਾਂ ਸ਼ਹੀਦਾਂ ਦੀ ਗੱਲ ਕਰਨੀ ਆ। ਸਭ ਤੋਂ ਪਹਿਲਾਂ ਇੱਕ ਸਾਲ ਦਾ ਸਮਾਂ ਬੀਤ ਗਿਆ, ਕਿਸੇ ਵੀ ਦੋਸ਼ੀ ਨੂੰ ਮੌਕੇ ਦੀ ਸਰਕਾਰ ਨੇ ਕਟਹਿਰੇ 'ਚ ਨਹੀਂ ਖਿਲਾਰਿਆ ਅਤੇ ਗੁਰੂ ਸਾਹਿਬ ਦੀਆਂ ਜਿਹੜੀਆਂ ਬੇਅਦਬੀਆਂ ਲਗਾਤਾਰ ਅੱਜ ਤੱਕ ਹੋ ਰਹੀਆਂ ਉਸ ਸਮੇਂ ਤੋਂ ਲੈ ਕੇ 1 ਜੂਨ ਦੀ ਜਿਹੜੀ ਸ਼ੁਰੂਆਤ ਹੋਈ, ਸੋ ਇਸ ਦੌਰਾਨ ਪੰਜਾਬ ਸਰਕਾਰ ਦਾ ਜਿਹੜਾ ਰੋਲ ਰਿਹਾ ਉਹਨੂੰ ਤੁਸੀਂ ਕਿਵੇਂ ਵੇਖਦੇ ਹੋ? ਮੈਂ ਇੱਕ ਇੱਥੇ ਬੇਨਤੀ ਜ਼ਰੂਰ ਕਰਨੀ ਚਾਹੁੰਦਾ। ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਜੋ ਮੁਜ਼ਾਹਰਾ ਕਰ ਰਹੇ ਸੀ ਅਤੇ ਉਹਦੇ 'ਚ ਜਿਸ ਤਰੀਕੇ ਨਾਲ ਆਪਣੀ ਚੜ੍ਹਦੀ ਕਲਾ 'ਚ ਰਹਿ ਕੇ ਉਹਨਾਂ ਨੇ ਆਪਣਾ ਕੰਮ ਕੀਤਾ ਅਤੇ ਗੋਲੀਆਂ ਦੇ ਅੱਗੇ ਉਹਨਾਂ ਨੇ ਛਾਪੀਆਂ ਡਾਹੀਆਂ ਜੀ। ਸੋ ਇਹ ਇੱਕ ਸਿੱਖੀ ਦਾ ਇੱਕ ਉਹਦਾ ਅਸੀਂ ਕਹਿ ਸਕਦੇ ਹਾਂ ਕਿ ਉਦਾਹਰਣ ਹੈ। ਬਹੁਤ ਸਾਰੀਆਂ ਉਦਾਹਰਣਾਂ ਸਿੱਖ ਇਤਿਹਾਸ ਦੇ ਵਿੱਚ ਇਹਦੀਆਂ ਹੈਗੀਆਂ ਨੇ। ਜਦੋਂ ਅਸੀਂ ਇਨਸਾਫ਼ ਦੀ ਗੱਲ ਕਰਦੇ ਹਾਂ ਤਾਂ ਜੇ ਅਸੀਂ ਗੱਲ ਕਰੀਏ ਬਹੁਤਾ ਪਿੱਛੇ ਨਾ ਵੀ ਜਾਈਏ ਤਾਂ ਪਿਛਲੇ 35 ਸਾਲ ਦੀ ਗੱਲ ਕਰੀਏ ਜਾਂ 40 ਸਾਲ ਦੀ ਗੱਲ ਕਰੀਏ ਤੇ 1978 ਤੋਂ ਲੈ ਕੇ ਲਗਾਤਾਰ ਖੁੱਲ੍ਹੇ ਤੌਰ 'ਤੇ ਪੁਲਿਸ ਵੱਲੋਂ, ਸਰਕਾਰੀ ਏਜੰਸੀਆਂ ਵੱਲੋਂ, ਸਰਕਾਰ ਦੇ ਪਾਲੇ ਹੋਏ ਜਿਹੜੇ ਗੁੰਡੇ ਆ ਉਹਨਾਂ ਵੱਲੋਂ ਸਿੱਖ ਨੌਜਵਾਨਾਂ ਦੀ ਜਿਹੜੀ ਹੈ ਖੁੱਲ੍ਹੇਆਮ ਜਿਹੜੀ ਹੈ ਕਤਲੇਆਮ ਕੀਤੀ ਜਾ ਰਹੀ ਹੈ। 1978 'ਚ 13 ਸਿੰਘ ਸ਼ਹੀਦ ਕਰ ਦਿੱਤੇ ਗਏ ਜਾਣਕਾਰੀਆਂ ਵੱਲੋਂ। ਉਹਦੇ 'ਚ ਸਮੇਂ ਦੀ ਸਰਕਾਰ ਜਿਹੜੀ ਇਹੀ ਅਖੌਤੀ ਪੰਥਕ ਸਰਕਾਰ ਹੈ ਉਸ ਵੇਲੇ ਵੀ ਇਹੀ ਸੀ। ਉਸ ਤੋਂ ਬਾਅਦ 82, 84, 86 ਤੋਂ 92, 92 ਤੋਂ 95 ਦੇ ਲਗਾਤਾਰ ਅਸੀਂ ਦੇਖੀ ਹੈ ਜੀ, ਤਾਂ ਜਿੱਥੇ ਇਹ ਇੱਕ ਮੈਂ ਸਮਝ ਆ ਕਿ ਬੜੀ ਬਦਕਿਸਮਤੀ ਵੀ ਰਹੀ ਹੈ ਕਿ ਜੇ ਉਹ ਆਪਣੇ ਧਾਰਮਿਕ ਹੱਕਾਂ ਦੇ ਲਈ ਵੀ ਆਵਾਜ਼ ਬੁਲੰਦ ਕਰਦਾ ਹੈ ਤਾਂ ਇਹ ਜਿਹੜੀਆਂ ਏਜੰਸੀਆਂ ਨੇ ਜਾਂ ਐਂਟੀ ਸਿੱਖ ਫੋਰਸਿਸ ਨੇ ਇਹ ਉਹਨੂੰ ਸਭ ਤੋਂ ਪਹਿਲਾਂ ਵੱਡਾ ਖਿਤਾਬ ਕੀਤੀ ਇਹ ਟੈਰਰਿਸਟ ਹੈ। ਇਹ ਜਿਹੜੀ ਗੱਲ ਆ ਇਹਦਾ ਕਾਰਨ ਜਿਹੜਾ ਹੈ ਕਿ ਇਹ ਸਾਡੀ ਜਿਹੜੀ ਹੈ ਪਿਛਲੇ 500 ਸਾਲ ਤੋਂ ਜਿਹੜਾ ਹਿੰਦੂ ਧਰਮ ਦੇ ਨਾਲ ਸਿੱਖ ਧਰਮ ਦਾ ਜਿਹੜਾ ਬਖਰੇਮ ਹੈ ਜੀ, ਉਹ ਹਿੰਦੂ ਧਰਮ ਜਿਹੜਾ ਜਿਵੇਂ ਬੁੱਧ ਧਰਮ, ਜੈਨ ਧਰਮ ਨੂੰ ਜਾਂ ਹੋਰ ਛੋਟੇ ਛੋਟੇ ਜਿਹੜੇ ਧਰਮ ਜਿਹੜੇ ਆ ਹਿੰਦੁਸਤਾਨ 'ਚ ਆਏ, ਜਿਸ ਤਰ੍ਹਾਂ ਇਹ ਉਹਨਾਂ ਨੂੰ ਵਿਕਾਰ ਗਿਆ, ਆਪਣੇ ਆਪ ਦੇ ਵਿੱਚ ਮਦਦ ਕਰ ਲਿਆ, ਇਹਦੀ ਲਗਾਤਾਰ ਅਸਰ ਇਹੀ ਹੈ ਕਿ ਇਹ ਸਿੱਖ ਧਰਮ ਨੂੰ ਵੀ ਇਸ ਤਰ੍ਹਾਂ ਆਪਣੇ ਅੰਦਰ ਜਜ਼ਬ ਕਰ ਲਿਆ। ਪਰ ਇਹ ਸਿਧਾਂਤਾਂ ਦੇ ਉੱਤੇ, ਇਸੇ ਸੱਚਾਈ ਦੇ ਉੱਤੇ ਆਧਾਰਿਤ ਜਿਹੜਾ ਸਿੱਖ ਧਰਮ ਜਿਹੜਾ ਇਹ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ, ਇਹ ਇਹਦੇ 'ਚ ਕਿਸੇ ਤਰ੍ਹਾਂ ਦੀ ਇਹ ਸੰਭਵ ਨਹੀਂ ਹੈ ਕਿਉਂਕਿ ਸਿੱਖ ਨੂੰ ਪੰਥ ਦੇ ਸਿਪਾਹੀ ਦਾ ਜਿਹੜਾ ਬਾਣਾ ਗੁਰੂ ਸਾਹਿਬ ਨੇ ਪਹਿਨਾਇਆ ਜੀ, ਉਹ ਇਹਦੀ ਰਹਿੰਦੀ ਦੁਨੀਆਂ ਕਰਕੇ ਵੀ ਰਾਖੀ ਕਰਦਾ ਰਹੇਗਾ। ਉਸੇ ਦੀ ਇੱਕ ਆਧਾਰ ਜਿਹੜੀ ਹੈ ਇਹ ਸਾਡੇ ਦੋ ਤਿੰਨ ਜਿਹੜੇ ਸ਼ਹੀਦ ਹੋਏ ਉਹ ਇੱਕ ਆਧਾਰ ਨੇ ਜੀ। ਜਦੋਂ ਅਸੀਂ ਨਿਆਂ ਦੀ ਗੱਲ ਕਰਦੇ ਹਾਂ
ਅਸੀਂ ਵਿਦੇਸ਼ਾਂ ਦੇ ਵਿੱਚ ਜਾਂ ਵਿਦੇਸ਼ਾਂ ਦੀਆਂ ਅਦਾਲਤਾਂ ਦੇ ਵਿੱਚ ਜਿਵੇਂ ਅਸੀਂ ਕਿਸੇ ਦੀ ਗੱਲ ਕਰਦੇ ਹਾਂ ਜੀ ਤਾਂ ਮੋਹਰੋਂ ਜਵਾਬ ਦਿੱਤਾ ਜਾਂਦਾ ਜੀ ਉੱਥੇ ਦੇਖੋ ਜੀ ਸਿੱਖਾਂ ਦੀ ਸਰਕਾਰ ਹੈ ਤਾਂ ਇਹ ਗੱਲ ਜਿਹੜੀ ਹੈ ਇਹਨੂੰ ਤਰੀਕੇ ਨਾਲ ਵੱਖਰੇ ਤਰੀਕੇ ਨਾਲ ਸਮਝਾਉਣਾ ਜਿਹੜਾ ਵਿਦੇਸ਼ੀ ਤਾਕਤਾਂ ਨੂੰ ਬਹੁਤ ਮੁਸ਼ਕਲ ਹੋ ਜਾਂਦਾ ਕਿ ਉਹ ਕਿਹੋ ਜਿਹੇ ਸਿੱਖ ਨੇ ਉਹਨਾਂ ਦਾ ਗਾੜਾ ਵੀ ਉਸੇ ਤਰ੍ਹਾਂ ਦਾ ਹੈ ਦਸਤਾਰ ਵੀ ਉਸੇ ਤਰ੍ਹਾਂ ਦੀ ਹੈ ਪਰ ਅਸਲ ਦੇ ਵਿੱਚ ਸਿੱਖ ਜਿਹੜਾ ਉਹ ਇਕੱਲੇ ਦਾੜੇ ਤਾਂ ਦਸਤਾਰ ਨਾਲ ਹੀ ਹੁੰਦਾ ਜੀ ਉਹ ਕਿਸ ਤਰ੍ਹਾਂ ਸਿੱਖੀ ਨੂੰ ਖਤਮ ਕਰਨ ਵਾਸਤੇ ਸਾਡੇ ਦੁਸ਼ਮਣ ਦੇ ਕੁਹਾੜੇ ਦਾ ਦਸਤਾ ਬਣੇ ਹੋਏ ਨੇ ਕਿਸ ਤਰੀਕੇ ਨਾਲ ਸਿੱਖੀ ਨੂੰ ਖਤਮ ਕਰਨ ਵਾਸਤੇ ਦੂਜੀਆਂ ਸਾਰੀਆਂ ਐਂਟੀ ਸਿੱਖ ਫੋਰਸਿਸ ਤੋਂ ਅੱਧੇ ਹੋ ਕੇ ਜਿਹੜਾ ਸਿੱਖਾਂ ਦਾ ਕੰਮ ਕਰ ਰਹੀ ਹੈ ਚਾਹੇ ਸਿੱਖ ਇਤਿਹਾਸ ਦੀ ਗੱਲ ਕਰ ਲਈਏ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਲਈਏ ਚਾਹੇ ਸਿੰਘਾਂ ਦੇ ਸ਼ਹੀਦ ਹੋਣ ਦੀ ਗੱਲ ਕਰ ਲਈਏ ਸਾਡੇ ਕੋਲ ਬੜੀਆਂ 30-40 ਸਾਲ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਬਸ ਤੇ ਮੈਂ ਇਹ ਗੱਲ ਕਹਿਣਾ ਚਾਹੂੰਗਾ ਕਿ ਭਾਵੇਂ ਸਿੱਖ ਜਿਹੜੇ ਆ ਇਸ ਗੱਲ ਤੋਂ ਬਿਲਕੁਲ ਨੇ ਉਹਨਾਂ ਨੂੰ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਸਿੱਖਾਂ ਨੂੰ ਇਸ ਸਿਸਟਮ ਦੇ ਵਿੱਚ ਨਿਆਂ ਦੀ ਕੋਈ ਆਸ ਨਹੀਂ ਹੈ ਜੀ ਪਰ ਫਿਰ ਵੀ ਕਿਉਂਕਿ ਸਾਡਾ ਇਹ ਵਿਧਾਨਕ ਹੱਕ ਹੈ ਅਸੀਂ ਜ਼ੋਰ ਨਾਲ ਇਹ ਆਵਾਜ਼ ਜਿਹੜੀ ਬੁਲੰਦ ਕਰਦੇ ਰਹਾਂਗੇ ਤੇ ਇਹਨਾਂ ਸਰਕਾਰ ਨੂੰ ਅਸੀਂ ਸਰਕਾਰਾਂ ਨੂੰ ਤੇ ਸਰਕਾਰੀ ਏਜੰਸੀਆਂ ਨੂੰ ਉਹਨਾਂ ਦੇ ਮਸ਼ੀਨਰੀ ਨੂੰ ਇਹ ਲਾਂਘਤਾਂ ਪਾਉਂਦੇ ਰਹਾਂਗੇ ਤੇ ਇਹਨਾਂ ਨੇ ਆਪ ਜਿਹੜਾ ਉਹ ਵਿਧਾਨ ਦੇ ਰਾਖੇ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਸਿੱਖਾਂ ਦੇ ਹੱਕਾਂ ਦੀ ਰਾਖੀ ਨਹੀਂ ਕੀਤੀ ਜੀ ਜੀ ਬਿਲਕੁਲ ਤੁਸੀਂ ਪਿਛੋਕੜ ਦੇ ਵਿੱਚ ਜਾ ਕੇ ਸਿੱਖੀ ਦੇ ਜਨਮ ਤੋਂ ਸਮੇਂ ਤੋਂ ਲੈ ਕੇ ਜਿਹੜੀਆਂ ਚੁਣੌਤੀਆਂ ਰਹੀਆਂ ਚਾਹੇ ਉਹ ਬ੍ਰਾਹਮਣਵਾਦ ਦੀਆਂ ਜਾਂ ਮੌਕੇ ਦੀਆਂ ਸਰਕਾਰਾਂ ਨਾਲ ਜਿਹੜੀ ਸਿੱਖਾਂ ਦੀ ਟੱਕਰ ਰਹੀ ਅੱਜ ਦੇ ਸਮੇਂ ਦੇ ਵਿੱਚ ਵੀ ਜੋ ਬਾਦਲ ਸਰਕਾਰ ਕਰ ਰਹੀ ਹੈ ਉਸ ਚੀਜ਼ ਤੋਂ ਕੋਈ ਵੱਖਰਾ ਨਹੀਂ ਗਾ ਸੋ ਇੱਥੇ ਆਪਾਂ ਗੱਲ ਕਰੀਏ ਅੱਗੇ ਸਰਬੱਤ ਖਾਲਸਾ ਬਾਰੇ ਪਿਛਲੇ ਸਾਲ 10 ਨਵੰਬਰ 2015 ਨੂੰ ਚੱਬਾ ਦੀ ਧਰਤੀ ਤੇ ਸਰਬੱਤ ਖਾਲਸਾ ਹੋਇਆ ਸੀ ਜੀ ਜਿਸ ਦੌਰਾਨ ਕੌਮ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਜਿਹੜੀ ਅਗਵਾਈ ਆ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਨ ਦਿੱਤੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਨ ਅਤੇ ਇੰਝ ਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਜਿਹੜਾ ਥਾਪਿਆ ਗਿਆ ਇਸ ਵਾਰੀ ਜੋ ਸਰਬੱਤ ਖਾਲਸਾ ਹੋਣ ਜਾ ਰਿਹਾ 10 ਨਵੰਬਰ 2016 ਨੂੰ ਜੋ ਤਲਵੰਡੀ ਸਾਬੋ ਦੀ ਧਰਤੀ ਤੇ ਪੰਜਵੇਂ ਤਖ਼ਤ ਦੀ ਧਰਤੀ ਤੇ ਹੋਣ ਜਾ ਰਿਹਾ ਤੁਸੀਂ ਅਸੀਂ ਸਰੋਤਿਆਂ ਦੱਸ ਦੇਈਏ ਕਿ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਰੇਸ਼ਮ ਸਿੰਘ ਉਹਨਾਂ ਨਾਲ ਅਸੀਂ ਕੈਲੀਫੋਰਨੀਆ ਤੋਂ ਗੱਲ ਕਰ ਰਹੇ ਹਾਂ ਸੋ ਇੱਕ ਪਾਰਟੀ ਦੇ ਅਹੁਦੇਦਾਰ ਵਜੋਂ ਤੁਸੀਂ ਆਉਣ ਵਾਲੇ ਸਰਬੱਤ ਖਾਲਸਾ ਲਈ ਕੀ ਰਾਏ ਰੱਖਦੇ ਹੋ ਇਹ ਮੈਂ ਚਾਹੁੰਦਾ ਕਿ ਤੁਸੀਂ ਜ਼ਰੂਰ ਇੱਥੇ ਕਿਉਂਕਿ ਸਾਰੇ ਸਿੱਖਾਂ ਦੀ ਰਾਏ ਨਾਲ ਜਿਹੜਾ ਸਰਬੱਤ ਖਾਲਸਾ ਵਾ ਉਹਦੀ ਬਣਤਰ ਬਣਦੀ ਆ ਸੋ ਸਾਰਿਆਂ ਦੀ ਜਿਹੜੀ ਆ ਉਹਦੇ ਵਿੱਚ ਸ਼ਮੂਲੀਅਤ ਚਾਹੀਦੀ ਆ ਆਪਾਂ ਵੀ ਚਾਹੁੰਦੇ ਹਾਂ ਅਤੇ ਤੁਸੀਂ ਆਪਣੀ ਪਾਰਟੀ ਵੱਲੋਂ ਕੀ ਰਾਏ ਦੇਣਾ ਚਾਹੁੰਦੇ ਹੋ ਕਿ ਸਰਬੱਤ ਖਾਲਸਾ ਨੂੰ ਸਫਲ ਬਣਾਉਣ ਲਈ ਅਤੇ ਉਹਦੇ ਵਿੱਚ ਕੀ ਨਵੇਂ ਸਟੈਪਸ ਜਿਹੜੇ ਆ ਆਉਣੇ ਚਾਹੀਦੇ ਆ ਜੀ ਹਾਂਜੀ ਬਹੁਤ ਧੰਨਵਾਦ ਜੀ ਤੇ ਜਿਹੜਾ ਪਹਿਲਾਂ ਮੈਂ ਥੋੜ੍ਹੀ ਜਿਹੀ ਗੱਲ ਕਰਾਂ ਜਿਹੜਾ 2015 ਦੇ ਵਿੱਚ ਸਰਬੱਤ ਖਾਲਸਾ ਬੁਲਾਇਆ ਗਿਆ ਸੀ ਬਹੁਤ ਸਾਰੇ ਸਿੱਖਾਂ ਦੇ ਵਿੱਚ ਇਹ ਭੁਲੇਖਾ ਹੈ ਕਿ ਉਹ ਸਰਬੱਤ ਖਾਲਸਾ ਗੁਰੂ ਮਹਾਰਾਜ ਦੇ ਸਿੰਘਾਂ ਦੀ ਬੇਅਦਬੀ ਹੋਣ ਤੋਂ ਬਾਅਦ ਬੁਲਾਇਆ ਗਿਆ ਜੀ ਪਰ ਅਸਲ ਜਿਹੜੀ ਗੱਲ ਇਹ ਹੈ ਕਿ ਜਦੋਂ ਸਰਕਾਰੀ ਜਥੇਦਾਰਾਂ ਵੱਲੋਂ ਸਿਰਕੇ ਵਾਲੇ ਸਾਧ ਨੂੰ ਜਿਹੜਾ ਖੋਤੀ ਸਾਧ ਹੈ ਜਿਹੜੇ ਤੇ ਬਹੁਤ ਸਾਰੇ ਰੇਪ ਦੇ ਤੇ ਹੋਰ ਵੀ ਕਤਲਾਂ ਦੇ ਕੇਸ ਚੱਲ ਰਹੇ ਆ ਉਹਨੂੰ ਬਿਨਾਂ ਮੰਗਿਆ ਮੁਆਫ਼ੀ ਦੇਣ ਦਾ ਜੋ ਆਦੇਸ਼ ਜਾਰੀ ਕੀਤਾ ਗਿਆ ਖਾਲਸਾ ਸਾਹਿਬ ਦਾ ਉਹਦੇ ਰੋਹ ਦੇ ਵਿੱਚ ਆ ਕੇ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੇ ਪੋਲੀਟੀਕਲ ਜਿਹੜੀਆਂ ਸਿੱਖ ਪੋਲੀਟੀਕਲ ਪਾਰਟੀ ਨੇ ਤਾਂ ਹੋਰ ਜਿਹੜੀਆਂ ਸਿੱਖਾਂ ਦੇ ਨਾਲ ਸੰਬੰਧਿਤ ਸ਼ਖਸੀਅਤਾਂ ਸੀ ਉਹਨਾਂ ਨੇ ਇੱਕ ਕਾਲ ਦਿੱਤੀ ਕਿ ਇਹਦੇ ਬਾਰੇ ਕੋਈ ਵਿਚਾਰ ਜਿਹੜੀ ਆ ਉਹ ਕਰਨੀ ਚਾਹੀਦੀ ਹੈ ਉਹਦੇ 'ਚ ਜਿਹੜੀਆਂ ਧਿਰਾਂ ਹਾਜ਼ਰ ਹੋਈਆਂ ਉਹਨਾਂ ਨੇ ਇਹ 6 ਘੰਟੇ ਦੀ ਲੰਬੀ ਡਿਸਕਸ਼ਨ ਤੋਂ ਬਾਅਦ ਇਹ ਤੈਅ ਕੀਤਾ ਕਿ ਸਾਨੂੰ ਸਰਬੱਤ ਖਾਲਸਾ ਦੀ ਕਾਲ ਦੇਣੀ ਚਾਹੀਦੀ ਹੈ ਜੀ ਜਿਹੜੀ ਕਿ ਪਿਛਲੇ 38 ਸਾਲ ਤੋਂ ਲੋਕ ਉਡੀਕ ਰਹੇ ਸੀ ਸੋ ਉਹਦੇ 'ਚ ਜਿਹੜਾ ਤੈਅ ਹੋਇਆ ਕਿ ਇਹ ਜਿਹੜੀ ਪ੍ਰੈਸ ਦੇ ਅੱਗੇ ਜੋ ਰਿਲੀਜ਼ ਕਰਨੀ ਆ ਜੋ ਸਲਾਹ ਮਸ਼ਵਰਾ ਹੋਇਆ ਜੋ ਫੈਸਲੇ ਹੋਏ ਆ ਉਹਦੀ ਜ਼ਿੰਮੇਵਾਰੀ ਸਰਦਾਰ ਸਿੰਘ ਅਜੀਤ ਸਿੰਘ ਮਾਨ ਜੋ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਨੇ ਦਿੱਤੀ ਗਈ ਉਹਨਾਂ ਨੇ ਪ੍ਰੈਸ ਦੇ ਸਾਹਮਣੇ ਉਹ ਸਾਰਾ ਜੋ ਸੁਨੇਹਾ ਸੀ ਜੋ ਫੈਸਲਾ ਸੀ
फिर वो सारिया गल्लां जिहड़ियां पिछे चल गईयां ते सिखां दे विच बहुत ज्यादा रोह सी ते उस गल नूं लै के सारे प्रचारकां ने पोलिटिकल पार्टी जां होर जिहड़ियां पंथ दी जथेबंदियां ने उन्हां ने सरकार दे खिलाफ इस बेअदबी नूं अगे रख के जो रोस नजारे जां हड़तालां जां सड़क रोकी प्रोग्राम जो भी प्रोग्राम उन्हां ने शांतमय तरीके नाल जिक्र कर चुके सरकारी अतवाद मशीनरी ने दो सिक्षा शहीद करते गए उसत खालसा की गल चली उदो भी बड़ी एफर्ट की गई कि जो सारिया धिर किसी ना किसी तरह उन्होंने मना लिया जाए कि सरबत खालसा जो सारिया धिर कट्ठिया होके ये कोई कौम का मैसेज जरा हो गया जी कुछ बहुते वे कारण ना भी रहे हो पर छोट छोटिया गल् क्योंकि सिखा दे पिछले जो 30 साल चले संघर्ष के कुछ बखरे ने कुछ इतराज कुछ छोट छोटिया गल् जूजे ला के या कुछ पर्सनैलिटी क्लैश भी किया जा सकते हैं वो करके कुछ धिर ने उस सरबत खालसे का बाई कर दिया जी बेनती कर सकते उन्होंने दो वीक अपनी दौड़ भज की और हाथ जोड़ के बेनती भी की चाहे वह प्रचारक कोई भी सी उन्होंने सब के को अपनी पहुंच की थी पर हालात ने समा घट होने करके कन्विंस करने समा जो नहीं मिले जी इतने हाथ भरमी भी कह कि उन्होंने उस गल ना पछाणते हो इस वे समय की इजाजत की है वो अपनी गल से अड़े रहे कि सबक खालसा हो जिहड़े जथेदार चुने गए बहुत बार ये भी गल कही जाती है कि ये मसले जिहड़े अभी किसी नाल डिस्कस नहीं किए गए जी ये भी एक बहुत गलत इनफॉर्मेशन जिहड़ी क्रिएट की जा रही है जी 8 ते 9 तरीक नूं लगातार 4-4 5-5 घंटे इन्हां मसलों दे उत्ते विचार हुई ये जिहड़े मसले है जिन्हां दे विच खालिस्तान दा मता भी आया मानशाही कैलेंडर दा मता भी आया प्रकाश सिंह बादल के बाइकाट का मता भी आया ये सारे मते जोड़े आ बहुत लंबे समय तक उसे डिस्कशन का जो हिस्सा बने रहे जी पर जिस तरीके गल जी अखीर क्योंकि किसी ना किसी नतीजे पर पहुंचना भी भावें विचारों का लख बखरेवा भी सीगा निकली के बच्चों कुछ आ रहे 1986 जरा सबक खालसा होया1986 कर दिया जी ये गल मैं जरूर कहनी चाहवा अपने सिख भाईचारे संगत न जो कोई काम उलीकिया जाता है हर एक सदा दिता जाता है कोई भी वॉलंटियर तौर पर अगे आ के समा होर सारे जो सोर्स है वो ओद तैयार नहीं होंगे कि कौम की कोई गल जी सिरे चढ़ सके पर जो गल हो जाती है जो समा लंघ जाता है फिर उस किंतु परंतु करने वाले की लैन जी बहुत लंबी होंगी है और ये काम सब से सौखा भी है जी तो जी गल हूँ असी गल कर रहे हैं कि 15 का बहुत खालसा जिड़िया जथेबंदियां नहीं अटेंड कर सकियां जां जिन्होंने कुछ पार्टिसिपेट नहीं किया है उन्होंने एक होर मौका उतों प्रबंधकों ने विचार किया है कि एक साल के क्योंकि समा थोड़ा होने करके सबक खालसा जोड़ा है वो उस बहुत सारे जो फैसले रह गए हैं इस करके एक साल के सबक खालसा जो दूजा बुलाया जाए वो
ਸਿੱਖਾਂ ਦੇ ਦੇਸ਼ਾਂ ਵਿਦੇਸ਼ਾਂ 'ਚ ਉਹਨਾਂ ਦੇ ਸੁਝਾਅ ਲਏ ਜਾਣ ਅਤੇ ਉਹਨਾਂ ਨੂੰ ਵਿੱਚ ਪਾਰਟੀਸਪੇਟ ਕਰਨ ਵਾਸਤੇ ਉਹਨਾਂ ਲਈ ਪ੍ਰੇਰਿਆ ਜਾਵੇ, ਉਹਨਾਂ ਨੂੰ ਬੇਨਤੀ ਕੀਤੀ ਜਾਵੇ ਜਾਂ ਸਾਰੀ ਜਿਹੜਾ ਸਿੱਖ ਪੰਥ ਹੈ ਉਹ ਇਕੱਠਾ ਹੋ ਕੇ ਜਿਹੜਾ ਕੋਈ ਸਾਂਝਾ ਫੈਸਲਾ ਜਿਹੜਾ ਉਹ ਲੈ ਸਕੇ। ਜੀ ਜਿੱਥੋਂ ਤੱਕ ਜਥੇਦਾਰਾਂ ਦੀ ਤੁਸੀਂ ਗੱਲ ਕੀਤੀ ਹੈ ਕਿ ਸਿੰਘ ਸਾਹਿਬਾਨ ਜਿਹੜੇ ਉੱਥੇ ਜਿਹਨਾਂ ਦਾ ਸਵਾਦ ਖਾਲਸੇ ਦੇ ਵਿੱਚ ਐਲਾਨ ਕੀਤਾ ਗਿਆ ਜਿਹੜੇ ਚੁਣੇ ਗਏ ਉਹਨਾਂ ਦੀ ਪ੍ਰਵਾਨਗੀ ਸਵਾਦ ਖਾਲਸੇ 'ਚ ਹੋਈ ਅਤੇ ਇਸ ਉੱਤੇ ਕੋਈ ਵੀ ਸਿੱਖ ਜਿਹੜਾ ਉਹ ਕਿੰਤੂ ਪੰਥ ਨਹੀਂ ਕਰ ਸਕਦਾ। ਔਰ ਮੈਂ ਤੁਹਾਡੇ ਮੀਡੀਅਮ ਰਾਹੀਂ ਇਹ ਗੱਲ ਕਹਿਣ ਨੂੰ ਤਿਆਰ ਹਾਂ ਕਿ ਜੇ ਕਿਸੇ ਨੂੰ ਵੀ ਲੱਗਦਾ ਕਿ ਭਾਈ ਇਸ ਜਥੇਦਾਰ ਨੂੰ ਲੋਕਾਂ ਨੇ ਜ਼ਿਆਦਾ ਪਸੰਦ ਕੀਤਾ, ਇਸ ਜਥੇਦਾਰ ਨੂੰ ਘੱਟ ਪਸੰਦ ਕੀਤਾ ਅਤੇ ਇਹਦੇ ਲਈ ਦਾਸ ਜੋ ਕੁਛ ਜਿੰਨਾ ਕੁ ਹਿਸਟਰੀ ਦਾ ਗਿਆਨ ਹੈ, ਜਿੰਨਾ ਕੁ ਇਸ ਮਸਲੇ ਦੇ ਵਿੱਚ ਜਿਹੜੇ ਇਸ਼ੂ ਆਏ ਨੇ ਉਹਨਾਂ ਬਾਰੇ ਦਾਸ ਨੂੰ ਜਾਣਕਾਰੀ ਹੈਗੀ ਆ। ਜੀ ਮੈਂ ਖੁੱਲ੍ਹੇ ਤੌਰ 'ਤੇ ਸੱਦਾ ਦਿੰਦਾ ਕਿ ਕੋਈ ਵੀ ਜਥੇਬੰਦੀ ਕੋਈ ਵੀ ਪੰਥ ਦਾ ਵਿਦਵਾਨ, ਹਾਲਾਂਕਿ ਮੈਂ ਆਪਣਾ ਨਾਮ ਵਿਦਵਾਨ ਕਲੇਮ ਕਰਦਾ, ਨਾ ਮੈਂ ਕੋਈ ਬਹੁਤ ਵੱਡਾ ਗੁਰਸਿੱਖ ਜਾਂ ਬ੍ਰਹਮ ਗਿਆਨੀ ਕਲੇਮ ਕਰਦਾ, ਮੈਂ ਇੱਕ ਗੁਰੂ ਦਾ ਸਧਾਰਨ ਜਿਹਾ ਸਿੱਖ ਹਾਂ। ਪਰ ਜੇ ਲੰਮੇ ਸਮੇਂ ਤੋਂ ਇਸ ਸੰਘਰਸ਼ ਦੇ ਵਿੱਚ ਆਪਣਾ ਕੰਮ ਜਿਹੜਾ ਉਹ ਕਰ ਰਹੇ ਹਾਂ ਇੱਕ ਸਿੱਖ ਦੇ ਤੌਰ 'ਤੇ ਜੀ, ਅਤੇ ਜਿਹੜੇ ਗੱਲਾਂ ਤੋੜ ਮਰੋੜ ਕੇ ਜਿਹੜੀਆਂ ਸਿੱਖੀ ਦੇ ਵਿੱਚ ਸਿੱਖਾਂ ਦੇ ਵਿੱਚ ਪ੍ਰਚਾਰੀਆਂ ਜਾ ਰਹੀਆਂ ਨੇ ਇਹ ਬੜੀਆਂ ਦੁਖਦਾਇਕ ਨੇ ਔਰ ਇਹ ਗੱਲਾਂ ਜਿਹੜੀਆਂ ਆਮ ਸਧਾਰਨ ਸਿੱਖ ਨੂੰ ਬਹੁਤ ਜ਼ਿਆਦਾ ਹਰਟ ਕਰਦੀਆਂ ਨੇ ਜੀ। ਭਾਵੇਂ ਉੱਪਰਲੇ ਪੱਧਰ ਦੇ ਕੁਛ ਗਿਣਤੀ ਦੇ ਜਿਹੜੇ ਲੀਡਰ ਨੇ ਉਹਨਾਂ ਦੀ ਰਾਜਨੀਤੀ ਜੋ ਮਰਜ਼ੀ ਰਹੀ ਹੋਵੇ ਪਰ ਜੇ ਕੌਮ ਦੇ ਪੱਖ 'ਚੋਂ ਦੇਖਿਆ ਜਾਵੇ ਤਾਂ ਇਹ ਗੱਲਾਂ ਜਿਹੜੀਆਂ ਨੇ ਕੌਮ ਨੂੰ ਉਦਾਸ ਕਰਨ ਵਾਲੀਆਂ ਜੀ। ਸੋ ਅਸੀਂ ਇਸ ਜਿਹੜਾ 2016 ਦੇ ਵਿੱਚ ਸਵਾਦ ਖਾਲਸਾ ਹੋਣ ਜਾ ਰਿਹਾ ਹੈ ਉਹਦੇ ਬਾਰੇ ਇੱਕ ਤਾਂ ਗੁਰੂ ਦਾ ਇੱਕ ਨਮਾਣਾ ਜਿਹਾ ਸਿੱਖ ਹੋਣ ਦੇ ਨਾਤੇ ਮੈਂ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਕਿ ਛੋਟੀ ਛੋਟੀਆਂ ਗੱਲਾਂ ਛੋਟੇ ਛੋਟੇ ਅਪਰਾਧ ਜਿਹੜੇ ਆ ਉਹਨਾਂ ਨੂੰ ਛੱਡ ਕੇ ਜਿਹੜੀ ਗੱਲ ਅਸੀਂ ਸਾਰਿਆਂ ਨੇ ਵਿਚਾਰ ਕੇ ਧਾਰ ਕੇ ਇਹ ਗੱਲ ਫੈਸਲਾ ਲਿਆ ਸੀ ਕਿ ਇਹ ਚਾਰ ਸਿੰਘ ਸਰਵਾਨ ਜਿਹੜੇ ਨੇ ਇਹ ਚਾਰ ਜਥੇਦਾਰ ਜਿਹੜੇ ਨੇ ਇਹ ਸਰਬੱਤ ਖਾਲਸੇ ਨੇ ਚੁਣੇ ਨੇ ਔਰ ਇਹਨੂੰ ਇਸੇ ਤਰ੍ਹਾਂ ਇਨ ਵਿਹਣੀ ਮੰਨਣਾ ਜਿਹੜਾ ਆ ਉਹ ਸਾਰੀ ਕੌਮ ਦੇ ਭਲੇ 'ਚ ਹੈ। ਅਦਰਵਾਈਜ਼ ਜਿਹੜਾ ਇਹ ਕਿੰਤੂ ਪ੍ਰੰਤੂ ਆ ਇਹ ਸਾਡੇ 'ਚ ਖਟਾਸ ਜਿਹੜੀ ਉਹ ਪੈਦਾ ਕਰ ਰਿਹਾ ਹੈ। ਸੋ ਦੂਜੀ ਗੱਲ ਇਹ ਹੈ ਕਿ ਜਿਹੜੀਆਂ ਸੋਸ਼ਲ ਮੀਡੀਏ ਜਾਂ ਜਿਹੜੀ ਫੇਸਬੁੱਕ ਦੇ ਉੱਤੇ ਮਸਲੇ ਹੱਲ ਨਹੀਂ ਹੋ ਸਕਦੇ ਇਹ ਬੈਠ ਕੇ ਰਲ ਕੇ ਹੀ ਮਸਲੇ ਹੱਲ ਹੋ ਸਕਦੇ ਆ। 2016 ਬਾਰੇ ਜਿਹੜਾ ਮੈਂ ਤੁਸੀਂ ਪੁੱਛਿਆ ਕਿ ਕੀ ਤੁਸੀਂ ਸੁਝਾਅ ਦਿੰਦੇ ਹੋ, ਮੈਂ ਇਹੀ ਸੁਝਾਅ ਦੇਣਾ ਚਾਹੁੰਦਾ ਜਿਹੜੇ ਪ੍ਰਬੰਧਕ ਨੇ ਜਿਹੜੇ ਸਾਡੇ ਜਥੇਦਾਰ ਸਾਹਿਬਾਨ ਨੇ ਜਾਂ ਹੋਰ ਪੰਥਕ ਜਥੇਬੰਦੀਆਂ ਜਿਹੜੀਆਂ ਇਹਨੂੰ ਸੰਪੂਰਨ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਮੇਰਾ ਸਭ ਤੋਂ ਜਿਹੜਾ ਪਹਿਲਾ ਸੁਝਾਅ ਔਰ ਵੱਡਾ ਅੱਜ ਦੇ ਹਾਲਾਤ ਮੁਤਾਬਕ ਜਿਹੜੀ ਬੇਨਤੀ ਇਹ ਹੈ ਕਿ ਇਹ ਜਾਂਚਣ ਦੀ ਲੋੜ ਹੈ ਕਿ ਕੌਮ ਜਿਹੜੀ ਆ ਦਿਨ ਦਿਨ ਕਿਉਂ ਵੰਡੀ ਜਾ ਰਹੀ ਆ ਜੀ। ਇਹ ਗੱਲ ਸਮਝਣ ਦੀ ਲੋੜ ਹੈ ਕਿ ਸਾਡੇ ਕੁਛ ਧਾਰਮਿਕ ਇਸ਼ੂ ਜਿਹੜੇ ਆ ਏਜੰਸੀਆਂ ਨੇ ਜਾਂ ਐਂਟੀ ਸਿੱਖ ਫੋਰਸ ਨੇ ਉਭਾਰ ਦਿੱਤੇ ਨੇ ਸਾਡੇ ਵਿੱਚ, ਇਹ ਇਸ਼ੂ ਕੋਈ ਅੱਜ ਦੇ ਨਹੀਂ ਹੈਗੇ, ਚਾਹੇ ਉਹ ਮਰਜ਼ਾਦਾ ਦੀ ਗੱਲ ਕਰ ਲਈਏ, ਦਸਮ ਗ੍ਰੰਥ ਦੀ ਗੱਲ ਕਰ ਲਈਏ ਜਾਂ ਜਿਹੜੀ ਹੋਰ ਕੋਈ ਵੀ ਗੱਲ ਕਰ ਲਈਏ, ਇਹ ਅਸੀਂ ਮੈਂ ਸੁਝਾਅ ਲਿਖੇ ਵੀ ਨੇ, ਮੈਂ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਜ਼ਰੂਰ ਭੇਜਾਂਗਾ ਵੀ ਕਿ ਇਹਦੇ 'ਤੇ ਬਹੁਤ ਸਾਨੂੰ ਧਿਆਨ ਨਾਲ ਔਰ ਦ੍ਰਿੜਤਾ ਨਾਲ ਕੋਈ ਫੈਸਲਾ ਲੈਣ ਦੀ ਲੋੜ ਹੈ। ਜਿਸ ਤਰ੍ਹਾਂ ਲੰਮੇ ਸਮੇਂ ਤੋਂ ਫੈਸਲਾ ਕੀਤਾ ਗਿਆ ਸੀ ਕਿ ਕੋਈ ਵੀ ਧਿਰ ਜਿਹੜੀ ਹੈ, ਕੋਈ ਵੀ ਸੰਸਥਾ, ਕੋਈ ਵੀ ਜਿਹੜਾ ਕੋਈ ਜਿਹੜੀ ਪੰਥਕ ਜਥੇਬੰਦੀ ਹੈ ਜਾਂ ਪ੍ਰਚਾਰਕ ਨੇ ਜੀ, ਉਹ ਇਹਦੇ 'ਤੇ ਕਿਸੇ ਤਰ੍ਹਾਂ ਦਾ ਵੀ ਕੋਈ ਕਿੰਤੂ ਪ੍ਰੰਤੂ ਨਾ ਕਰਨ ਜਦੋਂ ਤੱਕ ਸਾਰਾ ਪੰਥ ਰਲ ਕੇ ਕੋਈ ਫੈਸਲਾ ਨਹੀਂ ਲੈਂਦਾ ਜੀ। ਕੋਈ ਵੀ ਜਿਹੜੀ ਆ ਸੰਸਥਾ, ਪ੍ਰਚਾਰਕ ਜਾਂ ਕੋਈ ਜਥੇਬੰਦੀ ਉਹਦੇ 'ਤੇ ਨਾ ਉਹਦੇ ਹੱਕ 'ਚ ਅਤੇ ਨਾ ਉਹਦੇ ਵਿਰੋਧ 'ਚ ਕੋਈ ਗੱਲ ਕਰੇ ਜੀ। ਜਿਹੜੀਆਂ ਪੰਥਕ ਮਰਿਆਦਾਵਾਂ ਨੇ ਜਾਂ ਪੰਥਕ ਬਾਣੀਆਂ ਨੇ ਉਹਨਾਂ 'ਤੇ ਜਿਹੜਾ ਕੋਈ ਬੰਦਾ ਕਿੰਤੂ ਪ੍ਰੰਤੂ ਕਰਦਾ ਹੈ ਉਹਦੇ 'ਤੇ ਸਖ਼ਤੀ ਦੇ ਨਾਲ ਸਰਬੱਤ ਖਾਲਸੇ ਵੱਲੋਂ ਫੈਸਲਾ ਲਿਆ ਜਾਣਾ ਚਾਹੀਦਾ ਕਿ ਉਹ ਨੂੰ ਸਖ਼ਤੀ ਨਾਲ ਜਿਹੜਾ ਉਹ ਦਵਾਇਆ ਜਾਵੇ ਅਤੇ ਉਹ ਸਾਰੇ ਪੰਥ ਨੂੰ ਇਹ ਬੇਨਤੀ ਕੀਤੀ ਜਾਵੇ ਕਿ ਜਿਹੜਾ ਕੌਮ ਦੇ ਵਿੱਚ ਬਖੇੜਾ ਖੜਾ ਕਰਨ ਵਾਲੀ ਗੱਲ ਹੈ, ਜਿਹੜਾ ਵੀ ਸਿੱਖ, ਜਿਹੜੀ ਵੀ ਸੰਪਰਦਾ, ਜਿਹੜਾ ਪ੍ਰਚਾਰਕ ਉਹ ਇਹਦੀ ਗੱਲ ਕਰਦਾ ਉਹਦਾ ਸੋਸ਼ਲ ਬਾਈਕਾਟ ਕੀਤਾ ਜਾਵੇ ਜੀ। ਸਰਦਾਰ ਰੇਸ਼ਮ ਸਿੰਘ ਜੀ, ਇੱਥੇ ਇੱਕ ਗੱਲ ਚੱਲੀ ਖਾਲਿਸਤਾਨ ਦੇ ਮਤੇ ਬਾਰੇ ਖਾਲਿਸਤਾਨ ਦਾ ਐਲਾਨਨਾਮਾ ਜਿਹੜਾ ਵਾ 29 ਅਪ੍ਰੈਲ 1986 ਨੂੰ ਹੁੰਦਾ, ਜਦਕਿ 26 ਜਨਵਰੀ 1986 ਨੂੰ ਅਜਿਹੀ ਗੱਲ ਨਹੀਂ ਸੀ।
ਸੋ ਇੱਥੇ ਜਿਹੜੀ ਪ੍ਰੋੜਤਾ ਕੀਤੀ ਗਈ ਆ ਉਹ ਕੀਤੀ ਗਈ ਆ 26 ਜਨਵਰੀ 1986 ਦੇ ਸਰਬੱਤ ਖਾਲਸਾ ਦੇ ਮਤਿਆਂ ਦੀ। ਸੋ ਸ਼੍ਰੋਮਣੀ ਬਿਲਕੁਲ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਮੁੱਖ ਨਿਸ਼ਾਨਾ ਵਾ ਉਹ ਖਾਲਿਸਤਾਨ ਨੂੰ ਮੰਨ ਕੇ ਚੱਲਦਾ, ਸਿੱਖਾਂ ਦੇ ਆਜ਼ਾਦ ਰਾਜ ਭਾਗ ਲਈ ਸੰਘਰਸ਼ ਕਰ ਰਿਹਾ। ਖਾਲਿਸਤਾਨ ਦਾ ਮਤਾ ਸਰਬੱਤ ਖਾਲਸਾ ਦੇ ਵਿੱਚ ਪਾਇਆ ਜਾਵੇ, ਇਹਦੇ ਬਾਰੇ ਤੁਹਾਡੇ ਕੀ ਰਾਏ ਅਤੇ ਸੁਝਾਅ ਅਤੇ ਤੁਹਾਡੇ ਕੀ ਵਿਚਾਰ ਨੇ ਜੀ? ਮੈਂ ਇਹਦੇ ਬਾਰੇ ਜੀ ਮੈਂ ਬਹੁਤ ਸਪਸ਼ਟ ਹਾਂ, ਸਾਡੀ ਪਾਰਟੀ ਬਹੁਤ ਸਪਸ਼ਟ ਹੈ, ਪਾਰਟੀ ਪ੍ਰਧਾਨ ਦੇ ਨੇ ਉਹ ਬੜੇ ਕਲੀਅਰ ਨੇ ਇਹਦੇ ਬਾਰੇ। ਜਿਹੜਾ ਪਿਛਲੇ ਸਰਬੱਤ ਖਾਲਸਾ ਦੇ ਵਿੱਚ ਇਹ ਮਤਾ ਪਾਇਆ ਗਿਆ ਕਿ ਅਸੀਂ 1986 ਦੇ ਜਿਹੜੇ ਸਰਬੱਤ ਖਾਲਸਾ ਦੇ ਮਤੇ ਨੇ ਉਹਨਾਂ ਦੀ ਪ੍ਰੋੜਤਾ ਕਰਦੇ ਹਾਂ। ਜੀ ਬਾਅਦ ਵਿੱਚ ਟੈਕਨੀਕਲੀ ਇਹ ਗੱਲ ਜਿਹੜੀ ਹੈ ਉਹ ਸਹੀ ਸਾਬਤ ਨਹੀਂ ਹੋਈ, ਕਿਉਂਕਿ ਉਹ ਸਰਬੱਤ ਖਾਲਸੇ ਦੇ ਵਿੱਚ ਖਾਲਿਸਤਾਨ ਦਾ ਐਲਾਨ ਨਹੀਂ ਕੀਤਾ ਗਿਆ। ਜੀ ਉੱਥੋਂ ਜਿਹੜੀ ਪੰਥ ਕਮੇਟੀ ਚੁਣੀ ਗਈ ਸੀ ਉਹਨਾਂ ਨੇ 29 ਅਪ੍ਰੈਲ 1986 ਨੂੰ ਜਿਹੜਾ ਕੌਮੀ ਨਿਸ਼ਾਨਾ ਜਿਹੜਾ ਖਾਲਿਸਤਾਨ ਲਿਖਿਆ ਗਿਆ। ਸੋ ਅੱਜ ਇਹ ਗੱਲ ਕਲੀਅਰ ਕਰਨ ਦੀ ਔਰ ਕਲੀਅਰ ਲਫ਼ਜ਼ਾਂ 'ਚ ਲਿਖਣ ਦੀ ਲੋੜ ਹੈ। ਮੈਂ ਇਸ ਗੱਲ ਤੋਂ ਬਹੁਤ ਹੈਰਾਨ ਵੀ ਹਾਂ ਕਿ ਤੁਹਾਡੇ ਬਹੁਤ ਸਾਰੇ ਸਿੱਖਾਂ ਦਾ ਹਿੱਸਾ ਔਰ ਸਾਡੇ ਸਿੱਖ ਬੁੱਧੀਜੀਵੀ ਤੇ ਹੋਰ ਵੀ ਜਿਹੜੇ ਸਿੱਖ ਜਿਹੜੇ ਲੰਬੇ ਸੰਘਰਸ਼ ਤੋਂ ਡਾਵਾਂਡੋਲ ਹੋਏ ਨੇ ਉਹ ਅੱਜ ਖਾਲਿਸਤਾਨ ਤੋਂ ਪਾਸਾ ਵੱਕਣ ਦੀ ਗੱਲ ਕਰ ਰਹੇ ਨੇ। ਜੀ ਔਰ ਜਦੋਂ ਕਿ ਗੁਰੂ ਸਾਹਿਬ ਦਾ ਸਾਡੇ ਗੁਰੂ ਸਾਹਿਬ ਦਾ ਇਹ ਇਹ ਕਹਿਣਾ ਹੈ ਕਿ ਰਾਜ ਤੋਂ ਬਿਨਾਂ ਧਰਮ ਨਹੀਂ ਚੱਲ ਸਕਦਾ, ਜੀ ਰਾਜ ਬਿਨਾ ਨਹਿ ਧਰਮ ਚੱਲੇ ਹੈ, ਧਰਮ ਬਿਨਾ ਸਭ ਗਲੇ ਮਲੇ। ਹਰ ਸਿੱਖ ਪ੍ਰਚਾਰ ਜਿਹੜਾ ਇਹ ਗੱਲ ਸਟੇਜ ਤੇ ਖੜਾ ਹੋ ਕੇ ਕਹਿੰਦਾ ਕਿ ਰਾਜ ਕਰੇਗਾ ਖਾਲਸਾ ਦਾ ਦੋਹਰਾ ਦੋ ਟਾਈਮ ਕਰੇ। ਜੀ ਸੋ ਜਦੋਂ ਤੱਕ ਰਾਜ ਅਸੀਂ ਸਾਡੇ ਕੋਲ ਹਿਸਟਰੀ ਹੈ ਦੁਨੀਆਂ ਦੀ, ਵਰਲਡ ਦੀ ਹਿਸਟਰੀ ਸਾਡੇ ਸਾਹਮਣੇ ਹੈ, ਈਵਨ ਭਾਰਤ ਦੀ ਹਿਸਟਰੀ ਸਾਡੇ ਸਾਹਮਣੇ ਹੈ, ਤੇ ਰਾਜ ਤੋਂ ਬਿਨਾਂ ਧਰਮ ਨਹੀਂ ਚੱਲਦਾ। ਜੇ ਰਾਜ ਦੀ ਗੱਲ ਨਾ ਹੁੰਦੀ ਤਾਂ ਇਹ ਬਾਬਰ ਵਰਗੇ ਬੰਦੇ ਜਿਹੜੇ ਆ ਜਿਹੜੇ ਹਮਲਾਵਰ ਹੋ ਕੇ ਹਿੰਦੁਸਤਾਨ ਤੇ ਆਏ ਤੇ ਉਹ 850-900 ਦੀ ਫੌਜ ਲੈ ਕੇ ਪੂਰੇ ਹਿੰਦੁਸਤਾਨ ਤੇ ਕਾਬਜ਼ ਨਾ ਹੁੰਦੇ। ਜੀ ਇਹ ਗੁਰੂ ਸਾਹਿਬ ਨੇ ਰਾਜ ਦੀ ਗੱਲ ਸਿੱਖਾਂ ਨੂੰ ਸਮਝਾਉਣੀ ਸੀ ਕਿ ਜੇ ਤੁਸੀਂ ਧਰਮ ਦੀ ਗੱਲ ਕਰਨੀ ਹੈ, ਜੇ ਤੁਸੀਂ ਅੱਖਾਂ ਮੀਟ ਕੇ ਮਾਲਾ ਫੇਰਨ ਦੀ ਵੀ ਗੱਲ ਕਰਦੇ ਹੋ ਤਾਂ ਵੀ ਤੁਹਾਡੇ ਕੋਲ ਰਾਜ ਹੋਣਾ ਬਹੁਤ ਜ਼ਰੂਰੀ ਹੈ। ਜੀ ਇੱਥੇ ਇਸ ਕਰਕੇ ਹਾਂਜੀ ਹਾਂਜੀ ਜੀ ਇਸ ਕਰਕੇ ਮੈਂ ਇਹ ਕਹਿਣਾ ਚਾਹਾਂਗਾ ਕਿ ਹਰ ਸਿੱਖ ਨੂੰ ਇਹ ਗੱਲ ਜਿਹੜੀ ਹੈ ਗੁਰੂ ਦਾ ਸੁਨੇਹਾ ਜਿਹੜਾ ਇਹ ਸਮਝਣਾ ਚਾਹੀਦਾ, ਪਰ ਬਦਕਿਸਮਤੀ ਨਾਲ ਅਸੀਂ ਗੁਰੂ ਦੇ ਸਿਧਾਂਤ ਨੂੰ ਬਿਲਕੁਲ ਪਾਸੇ ਰੱਖ ਕੇ ਅਸੀਂ ਜਿਹੜੀ ਆਪਣੀ ਸਿੱਖੀ ਜਿਹੜੀ ਸਾਡੇ ਅੰਦਰੋਂ ਫੁੱਟ ਹੋਈ ਹੈ ਉਸ ਸਿੱਖੀ ਨੂੰ ਅਸੀਂ ਇੰਪਲੀਮੈਂਟ ਕਰਨਾ ਚਾਹੁੰਦੇ ਹਾਂ। ਅਸੀਂ ਗੁਰੂ ਦੀ ਸਿੱਖੀ ਜਿਹੜੀ ਹੈ ਉਹਨੂੰ ਸਿੱਖਣ ਨੂੰ ਤਿਆਰ ਨਹੀਂ ਹੈ। ਜੇ ਸਿੱਖ ਕੌਮ ਇਹ ਡਿਸਾਈਡ ਕਰ ਲਵੇ ਕਿ ਗੁਰੂ ਦੇ ਸਿਧਾਂਤ ਮੁਤਾਬਕ ਅਸੀਂ ਆਪਣੇ ਰਾਜ ਦੀ ਗੱਲ ਕਰਨੀ ਆ, ਅਸੀਂ ਆਪਣੇ ਸਿੱਖਾਂ ਦੇ ਜਾਂ ਸਿੱਖੀ ਦੇ ਪ੍ਰਸਾਰ ਦੀ ਗੱਲ ਕਰਨੀ ਆ, ਤਾਂ ਕੋਈ ਵੀ ਸਿੱਖ ਜਿਹੜਾ ਉਹ ਖਾਲਿਸਤਾਨ ਦਾ ਵਿਰੋਧੀ ਨਹੀਂ ਹੋਊਗਾ। ਸਰਦਾਰ ਰੇਸ਼ਮ ਸਿੰਘ ਜੀ, ਇੱਕ ਇੱਥੇ ਦੋਸ਼ ਲੱਗਦਾ ਕਿ ਅਕਾਲੀ ਦਲ ਅੰਮ੍ਰਿਤਸਰ ਜਾਂ ਉਹਦਾ ਜਿਹੜਾ ਸਹਿਯੋਗੀ ਧਿਰ ਆ ਜਿਹੜੀ ਯੂਨਾਈਟਿਡ ਅਕਾਲੀ ਦਲ ਜਾਂ ਹੋਰ ਵੀ ਜਿਹੜੀਆਂ ਪਾਰਟੀਆਂ ਸਹਿਯੋਗ ਕਰਦੀਆਂ, ਉਹਨਾਂ ਤੇ ਇੱਕ ਦੋਸ਼ ਲਾਇਆ ਜਾਂਦਾ ਕਿ ਸਰਬੱਤ ਖਾਲਸਾ 2015 ਦੇ ਵਿੱਚ ਉਸ ਗੱਲ ਨੂੰ ਇਹਨਾਂ ਪਾਰਟੀਆਂ ਇਹਨਾਂ ਸੰਬੰਧਿਤ ਧਿਰਾਂ ਵੱਲੋਂ ਰਾਜਨੀਤਿਕ ਮਫਾਦ ਲਈ ਉਸ ਗੱਲ ਨੂੰ ਵਰਤਿਆ ਗਿਆ, ਵਰਤਿਆ ਜਾ ਰਿਹਾ, ਵਰਤਿਆ ਜਾਵੇਗਾ, ਅਜਿਹੇ ਦੋਸ਼ ਜਿਹੜੇ ਆ ਲਗਾਤਾਰ ਲੱਗ ਰਹੇ ਆ। ਇੱਕ ਇਹ ਵੀ ਦੋਸ਼ ਆਉਂਦਾ ਕਿ ਰਾਜਨੀਤਿਕ ਮਫਾਦਾਂ ਲਈ ਹੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਵਿਸ਼ਾਲ ਪਰਸਨੈਲਿਟੀ ਆ, ਉਹਨਾਂ ਦਾ ਜਿਹੜਾ ਵੱਡਾ ਕੱਦ ਆ ਸਿੱਖ ਕੌਮ ਦੇ ਵਿੱਚ, ਉਹਨੂੰ ਵਰਤਣ ਦੀ ਕੋਸ਼ਿਸ਼ ਕੀਤੀ ਗਈ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇੱਕ ਦੋਸ਼ ਆਉਂਦਾ ਜੀ। ਜੀ ਕਪਲਪ੍ਰੀਤ ਸਿੰਘ ਜੀ, ਤੁਸੀਂ ਇਹ ਬਹੁਤ ਕਮਾਲ ਦਾ ਬਹੁਤ ਮੌਕੇ ਨਾਲ ਢੁਕਵਾਂ ਜਿਹੜਾ ਇਹ ਸਵਾਲ ਕੀਤਾ ਹੈ। ਜੀ ਇੱਕ ਤਾਂ ਮੈਂ ਇਹ ਕਹੂੰਗਾ ਕਿ ਇੱਥੇ ਜਿਹੜੀ ਰਾਜਨੀਤਿਕ ਫਾਇਦਾ ਲੈਣ ਦੀ ਗੱਲ ਹੈ ਸਰਦਾਰ ਸਿੰਘ ਜੀ ਨਾਮ ਜਾਂ ਬਾਕੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ, ਮੈਂ ਇਹਨਾਂ ਲਈ ਇਹ ਦੋ ਤਰ੍ਹਾਂ ਦੇ ਲੋਕ ਨੇ ਜਿਹੜੇ ਇਸ ਗੱਲ ਲਈ ਚਿੰਤਾ ਕਰਨ ਤੋਂ ਪਾ ਰਹੇ ਨੇ। ਇੱਕ ਤਾਂ ਉਹ ਜਿਹੜੇ ਜਿਨ੍ਹਾਂ ਦੇ ਮੂੰਹ ਦੇ ਵਿੱਚ ਸਰਕਾਰੀ ਏਜੰਸੀਆਂ ਇਹ ਗੱਲ ਪਾ ਰਹੀਆਂ ਨੇ, ਦੂਜੇ ਲੋਕ ਉਹ ਜਿਨ੍ਹਾਂ ਨੇ ਪਿਛਲੇ 25-30 ਸਾਲ ਲਗਾਤਾਰ ਖਾਲਿਸਤਾਨ ਦੇ ਸੰਘਰਸ਼ ਦੀ ਖੋਜ ਕੀਤੀ ਹੈ। ਜੀ ਸੋ ਮੈਂ ਹੈਰਾਨ ਇਸ ਗੱਲ ਤੋਂ ਹੈ ਕਿ ਵੀ ਜੇ ਸਿਮਰਨਜੀਤ ਸਿੰਘ ਮਾਨ ਅੱਜ ਕਿਸੇ ਵੀ ਤਰੀਕੇ ਨਾਲ ਜੇ ਸਿੱਖਾਂ ਦੇ ਰਾਜ ਦੀ ਗੱਲ ਕਰਦਾ ਹੈ, ਜੇ ਤਾਂ ਉਹ ਆਪਣੇ ਰਾਜ ਦੀ ਆਪਣੀ ਪਾਰਟੀ ਦੇ ਰਾਜ ਦੀ ਗੱਲ ਕਰਦੇ ਆ, ਤਾਂ ਇਹ ਗੱਲ ਜਿਹੜਾ ਇਸ਼ੂ ਜਿਹੜਾ ਇਹਦੇ ਤੇ ਵਿਚਾਰ ਹੋ ਸਕਦੀ ਹੈ। ਜੇ ਉਹ ਸਿੱਖਾਂ ਦੇ ਰਾਜ ਭਾਗ ਦੀ ਗੱਲ ਕਰਦੇ ਆ ਤਾਂ ਇਹ ਗੱਲ ਜਿਹੜੀ ਹੈ ਸਿੱਖਾਂ ਨੂੰ ਕਿਹੜੇ ਸਿੱਖਾਂ ਨੂੰ ਇਸ ਗੱਲ ਦੀ ਤਕਲੀਫ਼ ਹੈ,
ਜਿਹੜੇ ਇਸ ਗੱਲ ਨੂੰ ਇੱਕ ਬਹੁਤ ਵਧੀਆ ਸਵਾਲੀਆ ਚਿੰਨ੍ਹ ਬਣਾ ਰਹੇ ਨੇ ਉਹ ਮੈਂ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ 25 ਸਾਲ 20 ਸਾਲ ਇਹ ਸੰਘਰਸ਼ ਜਿਹੜਾ ਲੜਿਆ ਔਰ ਆਪਣੇ ਤਨ ਤੇ ਲੜਿਆ ਉਹ ਲੋਕਾਂ ਦਾ ਮੈਂ ਦਿਲੋਂ ਸਤਿਕਾਰ ਕਰਦਾ ਪਰ ਅੱਜ ਉਹ ਲੋਕ ਹੀ ਜਿਹੜੇ ਆ ਉਹ ਦੂਸਰੇ ਨੂੰ ਸਤਾ ਕੇ ਇਹ ਗੱਲਾਂ ਕਹਿ ਰਹੇ ਨੇ ਵੀ ਜੀ ਇਹ ਸਿਮਰਨ ਕੇ ਮਾਨ ਜਾਂ ਦੂਜੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਇਹਦਾ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੀਆਂ ਨੇ ਮੈਂ ਹੈਰਾਨ ਹਾਂ ਇਸ ਗੱਲ ਤੋਂ ਕਿ ਭਾਈ ਜੇ ਕਿਸੇ ਵੀ ਤਰ੍ਹਾਂ ਸਿੱਖਾਂ ਨੂੰ ਰਾਜ ਭਾਗ ਮਿਲਦਾ ਹੋਵੇ ਉੱਥੋਂ ਦੇ ਸਿਸਟਮ ਚ ਰਹਿ ਕੇ ਕਿਸੇ ਦਾ ਬਿਨਾਂ ਕਤਲ ਕਰਵਾਇਆ ਬਿਨਾਂ ਕਿਸੇ ਦਾ ਘਰ ਉਜਾੜਿਆ ਤਾਂ ਉਹ ਸਾਨੂੰ ਹਰ ਹੀਲਾ ਵਰਤ ਲੈਣਾ ਚਾਹੀਦਾ ਜਿਹਦੇ ਨਾਲ ਸਿੱਖਾਂ ਦਾ ਰਾਜ ਭਾਗ ਕਾਇਮ ਹੁੰਦਾ ਹੋਵੇ ਦੂਜੀ ਗੱਲ ਤੁਸੀਂ ਕੀਤੀ ਹੈ ਕਿ ਆਪਣੇ ਜਗ੍ਹਾ ਦਲਤਾਰ ਸਿੰਘ ਹੋਰਾਂ ਦੀ ਇਹ ਉਹਨਾਂ ਦਾ ਨਾਂ ਤਾਂ ਲੈਂਦਾ ਗਿਆ ਕਿ ਅਸੀਂ ਉਹਨਾਂ ਤੋਂ ਪੋਲੀਟੀਕਲ ਲੈਣਾ ਚਾਹੁੰਦੇ ਸਾਡੀ ਪਾਰਟੀ ਦੇ ਉਹ ਧਿਰਾਂ ਜਿਨ੍ਹਾਂ ਨੇ ਇਸ ਵੱਲ ਖਾਲਸੇ ਨੂੰ ਸੋਚਣਾ ਹੈ ਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀਆਂ ਧਿਰਾਂ ਅੱਜ ਜਥੇਦਾਰ ਦਲਤਾਰ ਸਿੰਘ ਹਵਾਰਾ ਨੂੰ ਹੀ ਜਥੇਦਾਰ ਮੰਨਦੀਆਂ ਨੇ ਇਹ ਤਾਂ ਸਾਰੀਆਂ ਧਿਰਾਂ ਵੱਲੋਂ ਉਸ ਵੱਲ ਖਾਲਸੇ ਦਾ ਬਾਈਕਾਟ ਕੀਤਾ ਗਿਆ ਸੀ ਜੀ ਦੂਜੀ ਗੱਲ ਇਹ ਸੀ ਕਿ ਜੇ ਅਸੀਂ ਇਹਦਾ ਬੈਨੀਫਿਟ ਲੈਣਾ ਹੁੰਦਾ ਤੇ ਫਿਰ ਅਸੀਂ ਜੇ ਏਦਾਂ ਕਿਸੇ ਖਾੜਕੂ ਚਾਹੀਦਾ ਜਾਂ ਜਿਹੜੀ ਬਹੁਤ ਵੱਡੀ ਕੁਰਬਾਨੀ ਹੈ ਜੇ ਉਹਨੂੰ ਜਥੇਦਾਰ ਬਣਾ ਕੇ ਜੇ ਸਾਡੀ ਪਾਰਟੀ ਨੂੰ ਜਾਂ ਦੂਜੀਆਂ ਪਾਰਟੀਆਂ ਨੂੰ ਬਹੁਤ ਵੱਡਾ ਉਹਦਾ ਕੋਈ ਬੈਨੀਫਿਟ ਮਿਲਦਾ ਫਿਰ ਅਸੀਂ ਦੋ ਤਿੰਨ ਸਾਡੇ ਕੋਲ ਹੋਰ ਵੀ ਸਿੰਘ ਹੈਗੇ ਸੀ ਜਿਹਨਾਂ ਨੂੰ ਜਥੇਦਾਰ ਬਣਾਇਆ ਜਾ ਸਕਦਾ ਸੀ ਫਿਰ ਸਾਰੇ ਅਸੀਂ ਜਥੇਦਾਰ ਹੀ ਨੂੰ ਸਾਫ਼ ਦਿੰਦੇ ਜਿਹਨਾਂ ਨੂੰ ਜਿਹਨਾਂ ਤੋਂ ਸਾਨੂੰ ਬਹੁਤ ਵੱਡਾ ਕ੍ਰੈਡਿਟ ਮਿਲਦਾ ਹੁੰਦਾ ਸੀ ਤੇ ਭਰਮ ਭੁਲੇਖਾ ਜਿਹੜਾ ਇਹਨਾਂ ਨੂੰ ਕੱਢ ਦੇਣਾ ਚਾਹੀਦਾ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਇਸ ਸਰਬੱਤ ਖਾਲਸੇ ਤੋਂ ਪਹਿਲਾਂ ਇਹ ਸਾਰੀਆਂ ਜਥੇਬੰਦੀਆਂ ਜਿਹੜੀ ਕਹਿ ਰਹੀਆਂ ਨੇ ਵੀ ਪੂਰਾ ਪਹਿਰਾ ਦੇਣ ਵਾਸਤੇ ਕੀਤਾ ਇਹਨਾਂ ਨੇ ਕਿਸੇ ਨੇ ਵੀ ਜਥੇਦਾਰ ਹਵਾਰਾ ਦਾ ਨਾਂ ਪ੍ਰਫੋਟ ਨਹੀਂ ਕੀਤਾ ਈਵਨ ਇੱਥੋਂ ਤੱਕ ਕਿ ਇਹਨਾਂ ਸਾਰੀਆਂ ਧਿਰਾਂ ਨੇ ਉਹ ਸਰਬੱਤ ਖਾਲਸੇ ਦਾ ਬਾਈਕਾਟ ਕੀਤਾ ਅੱਜ ਜਦੋਂ ਇਹਨਾਂ ਨੂੰ ਲੱਗਿਆ ਕਿ ਭਾਈ ਇਹ ਇੱਥੋਂ ਆਪਣਾ ਸਮਾਂ ਗੁਆ ਚੁੱਕੇ ਆ ਉਹ ਸਾਰਾ ਮੌਕਾ ਗੁਆ ਚੁੱਕੇ ਆ ਹੁਣ ਇਹਨਾਂ ਨੇ ਯੂ ਟਰਨ ਮਾਰੀ ਦੂਜੇ ਪਾਸੇ ਨੂੰ ਤੇ ਅਸੀਂ ਉਹਦਾ ਕੁਝ ਵੀ ਨਹੀਂ ਲੈਣੇ ਪਾਸੇ ਜਾਂ ਕੋਈ ਮੈਨੂੰ ਦੱਸ ਦੇ ਇੱਕ ਸਾਲ ਦੇ ਵਿੱਚ ਸਰਦਾਰ ਸਿਮਰਨ ਜੀ ਤੇ ਮਾਂ ਨੂੰ ਕਿਹੜਾ ਪੋਲੀਟੀਕਲ ਫਾਇਦਾ ਹੋਇਆ ਇਸ ਗੱਲ ਦਾ ਸਗੋਂ ਉਹਨੂੰ ਇਸ ਕ੍ਰਿਟਿਸਿਜ਼ਮ ਦਾ ਸਾਹਮਣਾ ਕਰਨਾ ਪੈ ਰਿਹਾ ਬਾਰ ਬਾਰ ਚਾਹੇ ਵਿਦੇਸ਼ਾਂ ਚ ਵੀ ਜਾਂਦੇ ਨੇ ਤਾਂ ਵੀ ਸਿਮਰਨ ਸਿੰਘ ਮਾਨ ਨੂੰ ਸਵਾਲ ਕੀਤੇ ਜਾਂਦੇ ਨੇ ਹਾਲਾਂਕਿ ਇਹ ਗੱਲ ਅੱਜ ਵੀ ਸਾਡੇ ਲਈ ਇੱਕ ਬਹੁਤ ਵੱਡਾ ਸਵਾਲ ਬਣਿਆ ਹੋਇਆ ਕਿ ਏਡਾ ਵੱਡਾ ਸਰਬੱਤ ਖਾਲਸਾ ਜਿਹਨੂੰ ਆਰਗੇਨਾਈਜ਼ ਕਰਨ ਦੇ ਵਿੱਚ ਸਰਦਾਰ ਸਿੰਘ ਮਾਨ ਨੇ ਇੱਕ ਬਹੁਤ ਵੱਡਾ ਰੋਲ ਅਦਾ ਕੀਤਾ ਹੋਵੇ ਔਰ ਉੱਥੇ ਉਹਨਾਂ ਨੂੰ ਸਟੇਜ ਦੇ ਉੱਤੇ ਬੋਲਣ ਨਹੀਂ ਦਿੱਤਾ ਗਿਆ ਕਿਉਂ ਨਹੀਂ ਦਿੱਤਾ ਗਿਆ ਕੀ ਕਾਰਨ ਬਣੇ ਇਹ ਅੱਜ ਵੀ ਅਸੀਂ ਇਹ ਬਹਿਸ ਦਾ ਵਿਸ਼ਾ ਹੋ ਸਕਦਾ ਪਰ ਸਾਡੇ ਲਈ ਇਹ ਸਵਾਲ ਹੈਗਾ ਦੂਜੇ ਪਾਸੇ ਇਹ ਗੱਲ ਜਿਹੜੀ ਬੰਦੇ ਕਹਿ ਰਹੇ ਨੇ ਕਿ ਹਾਂ ਜੀ ਅਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਤਾਂ ਜਥੇਦਾਰ ਬਣਾਇਆ ਤੇ ਅਸੀਂ ਇਹਦਾ ਕੋਈ ਪੋਲੀਟੀਕਲ ਬੈਨੀਫਿਟ ਲੈਣਾ ਸੀ ਇਹ ਇਸ ਮੀਡੀਆ ਰਾਹੀਂ ਮੈਂ ਜਿੰਨੇ ਵੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਲੀਅਰ ਕਰਨਾ ਚਾਹੁੰਦਾ ਕਿ ਅਸੀਂ ਸਾਰੇ ਹੀ ਜਦੋਂ ਇਹ ਗੱਲ ਡਿਸਕਸ ਹੋ ਰਹੀ ਸੀ ਤਾਂ ਸਾਰੇ ਹੀ ਅਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਸਪੋਰਟਰ ਸੀ ਔਰ ਉਹਨਾਂ ਦੀ ਕੁਰਬਾਨੀ ਨੂੰ ਸਿਰਜਾ ਕਰਨ ਵਾਲੇ ਲੋਕ ਉੱਥੇ ਬੈਠੇ ਸੀ ਜਦੋਂ ਉਹਨਾਂ ਦਾ ਨਾਂ ਚੁਣਿਆ ਗਿਆ ਜੀ ਦੂਜੀ ਗੱਲ ਇਹ ਹੈ ਕਿ ਜਥੇਦਾਰ ਹਵਾਰਾ ਨੂੰ ਇਸ ਕਰਕੇ ਨਹੀਂ ਲਿਆਂਦਾ ਗਿਆ ਕਿ ਉਹਨਾਂ ਤੋਂ ਕੋਈ ਪੋਲੀਟੀਕਲ ਬੈਨੀਫਿਟ ਲੈਣਾ ਉਹਨਾਂ ਨੂੰ ਇਸ ਕਰਕੇ ਲਿਆਂਦਾ ਗਿਆ ਕਿ ਉਹਨਾਂ ਦੀ ਕੁਰਬਾਨੀ ਜਿਹੜੀ ਸੀ ਉਹ ਸਾਰਿਆਂ ਦੇ ਮਨ ਦੇ ਉੱਤੇ ਉਹਦਾ ਪ੍ਰਭਾਵ ਸੀ ਇਸ ਕਰਕੇ ਉਹਨਾਂ ਨੂੰ ਨਾਂ ਚੁਣਿਆ ਗਿਆ ਅਦਰਵਾਈਜ਼ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਦੇਖੋ ਜਦੋਂ ਵੀ ਜਿਸ ਤਰ੍ਹਾਂ ਦੀ ਅੱਜ ਕੰਟਰੋਵਰਸੀ ਜਿਹੜੀ ਖੜੀ ਕੀਤੀ ਜਾ ਰਹੀ ਹੈ ਚਾਹੇ ਉਹ ਆਪਣੇ ਚਿੱਤੋਂ ਉਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਫੇਵਰ ਹੀ ਕਰ ਰਹੇ ਹੋਣ ਪਰ ਮੈਂ ਇਹ ਗੱਲ ਜਿਹੜਾ ਮੈਸੇਜ ਜ਼ਰੂਰ ਦੇਣਾ ਚਾਹੁੰਦਾ ਕਿ ਉਹ ਜਥੇਦਾਰ ਹਵਾਰਾ ਦੇ ਪ੍ਰਤੀ ਸਿੱਖਾਂ ਦੇ ਵਿੱਚ ਖਟਾਸ ਪੈਦਾ ਕਰ ਰਹੇ ਨੇ ਜਦੋਂ ਬਾਰ ਬਾਰ ਇਹ ਗੱਲ ਕਹਿੰਦੇ ਨੇ ਕਿ ਅਸੀਂ ਜੀ ਬਾਕੀ ਜਥੇਦਾਰਾਂ ਨੂੰ ਨਹੀਂ ਮੰਨਦੇ ਅਸੀਂ ਤਾਂ ਸਿਰਫ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਮੰਨਦੇ ਹਾਂ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਇਹ ਏਜੰਸੀਆਂ ਨੂੰ ਵੀ ਪਤਾ ਹੈ ਤੇ ਬਾਕੀ ਧਿਰਾਂ ਨੂੰ ਵੀ ਪਤਾ ਹੈ ਕਿ ਜਥੇਦਾਰ ਹਵਾਰਾ ਅੰਦਰ ਬੈਠ ਕੇ ਜੇਲ੍ਹ 'ਚ ਬੈਠ ਕੇ ਕੌਮ ਦੀ ਅਗਵਾਈ ਨਹੀਂ ਕਰ ਸਕਦੇ ਇਹ ਗੱਲ ਜਿਹੜੀ ਹੈ ਜੇ ਕਿਸੇ ਨੂੰ ਇਹਦੇ 'ਤੇ ਕੋਈ ਗਲਤ ਲੱਗੇ ਅਸੀਂ ਇਹਦੀ ਪਬਲਿਕਲੀ ਡਿਬੇਟ ਕਰਨ ਵਾਸਤੇ ਵੀ ਤਿਆਰ ਹਾਂ ਪਰ ਇਹ ਜਿਹੜਾ ਬੈਨੀਫਿਟ ਉਹ ਧਿਰਾਂ ਲੈ ਸਕਦੀਆਂ ਨੇ ਜਿਹਨਾਂ ਨੂੰ ਪਤਾ ਹੈ ਕਿ ਅਸੀਂ ਇਹ ਜਗਤਾਰ ਸਿੰਘ ਹਵਾਰਾ ਅੰਦਰ ਰਹਿੰਦੇ ਨੇ ਉਹਨਾਂ ਨੂੰ ਅੱਗੇ ਰੱਖ ਕੇ ਅਸੀਂ ਆਪਣਾ ਕੋਈ ਨਾ ਕੋਈ ਪੋਲੀਟੀਕਲ ਮੁਕਾਬ ਜਿਹੜਾ ਉਹ ਹੱਲ ਕਰ ਸਕਦੇ ਹਾਂ ਜੀ ਇੱਕ ਜਿਹੜੇ ਇਲਜ਼ਾਮ ਦੋ ਇਲਜ਼ਾਮ ਸੀ ਲਗਭਗ ਜਿਹਨਾਂ ਦਾ ਤੁਸੀਂ ਉੱਤਰ ਦਿੱਤਾ ਇੱਕ ਨਵਾਂ ਇਲਜ਼ਾਮ ਸਾਹਮਣੇ ਆ ਰਿਹਾ ਉਹ ਹੈਗਾ ਜੀ ਬੁੱਧੀਜੀਵੀ ਵਰਗ ਵੱਲੋਂ ਉਹ ਬੜਾ ਸਪਸ਼ਟ ਇਲਜ਼ਾਮ ਆ ਕਿ ਸਰਬੱਤ ਖਾਲਸਾ ਜਿਹੜਾ 2015 ਸੀ ਉਹਦੇ ਵਿੱਚ ਮੈਂ ਸਵਾਲ ਤੁਹਾਡੇ ਕੋਲ ਤਾਂ ਕਰ ਰਿਹਾ ਕਿ ਤੁਸੀਂ ਪਿਛਲੇ ਸਾਲ
ਅਮਰੀਕਾ ਦੀ ਧਰਤੀ ਤੋਂ ਇੱਥੇ ਸਬੱਦ ਖਾਲਸਾ ਸ਼ਾਮਲ ਹੋਏ ਸੀ, ਤੁਸੀਂ ਵਰਕਿੰਗ ਦੇ ਵਿੱਚ ਹੀ ਰਹੇ, ਤੁਹਾਡੇ ਦੇ ਉੱਤੇ ਉਪਰੰਤ ਦੇਸ਼ ਧਰੋਹ ਦਾ ਜਿਹੜਾ ਕੇਸ ਆ ਉਹ ਵੀ ਪਿਆ ਹੋਇਆ। ਅੱਛਾ ਜੀ, ਉਹ ਜਿਹੜਾ ਸਵਾਲ ਆ ਇਲਜ਼ਾਮ ਵਾਲਾ, ਉਹ ਆ ਕਿ ਦੋ ਗੱਲਾਂ ਨੇ ਇਹਦੇ ਵਿੱਚ ਕਿ ਖਾਲਿਸਤਾਨ ਦਾ ਮਤਾ ਬਾਦਲ ਤੋਂ ਡਰਦਿਆਂ ਨਹੀਂ ਪਾਇਆ ਗਿਆ, ਅਤੇ ਬਾਦਲ ਦੇ ਬਾਈਕਾਟ ਵਾਲਾ ਵੀ ਜਿਹੜਾ ਵਾ ਮਤਾ ਵਾ ਉਹ ਬਾਦਲ ਤੋਂ ਡਰਦਿਆਂ ਨਹੀਂ ਪਾਇਆ ਗਿਆ। ਇਹ ਕੁਝ ਬੁੱਧੀਜੀਵੀ ਵਰਗ ਜਿਹੜਾ ਵਾ ਉਹਦੇ ਵਿੱਚੋਂ ਇਹ ਸਵਾਲ ਉੱਠ ਰਹੇ ਆ, ਇਸ ਨੂੰ ਤੁਸੀਂ ਸਾਫ਼ ਕਰਨਾ ਚਾਹੋਗੇ ਇਸ ਆਪਣੇ ਉੱਤਰ ਰਾਹੀਂ? हाँ जी, मैं पैसा जी ये बारे में जरूर कहना चाहना, एक चंगा होगा तेन मौके से जवाब लेके आंदा। मैं ये बारे ये कहना चाहना कि शायद उन्हें बुद्धिजीवियों ने पहले तो इस गल का पता ही नहीं है कि पिछले 30 साल की सिखा की हिस्ट्री की है। पिछले 30 साल पिछले नाम जाइए, पिछले 30 साल जो कोई वध तो वध मथा प्रकाश सिंह बादल ने जो समय सरकार ने लाया पिछले 30 साल का भी जो अभी वेरवा करना हो कोई भरम भुलेखा नहीं है कि सब तो ज्यादा कुट भी साड़ी पार्टी के जो वर्कर ने उन्होंने भाई सब तो ज्यादा खिचोधान भी साड़ी हुई, सब तो ज्यादा केस भी साड़े पार्टी प्रधान पार्टी के जो सीनियर आगू है उन्होंने पाए गए। ਇੱਥੋਂ ਤੱਕ ਕਿ ਜੇ ਅਮਰੀਕਾ ਦੇ ਵਿੱਚ ਜੇ ਅਸੀਂ ਗੱਲ ਕਰੀਏ ਕਿ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਲਾਣੇ ਦਾ ਹੋਣਾ ਬੰਦ ਕਰ ਦਿੱਤਾ ਗਿਆ ਤਾਂ ਇਹਦਾ ਸਿਹਰਾ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸਿੱਖ ਸਾਹਿਬ ਜਸਟਿਸ ਨੂੰ ਜਾਂਦਾ ਹੈ। ਜੇ ਕੋਈ ਇਹ ਕਹੇ ਕਿ ਉੱਥੇ ਅਸੀਂ ਡਰਦਿਆਂ ਨੇ ਉੱਥੇ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ਼ ਕੋਈ ਮਤਾ ਨਹੀਂ ਪਾਇਆ ਤਾਂ ਇਹ ਗੱਲ ਉਹਨਾਂ ਬੁੱਧੀਜੀਵੀਆਂ ਨੇ ਮੇਰੇ ਆਸਟ੍ਰੇਲੀਆ 'ਚ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਤੇ ਆਪਣੇ ਪ੍ਰੋਫੈਸਰ ਗੁਰਤੇਜ ਸਿੰਘ ਪਿਛਲੇ 32 ਸਾਲ ਤੋਂ ਜਦੋਂ ਤੋਂ ਕੌਮ ਦਾ ਸੰਘਰਸ਼ ਜਿਹੜਾ ਪੂਰੇ ਜੋਬਨ ਤੇ ਚੱਲ ਰਿਹਾ ਹੈ ਤੁਹਾਡੇ ਤੇ ਕਿਸੇ ਤੇ ਇੱਕ ਕੋਈ FIR ਦਰਜ ਹੋਈ ਹੋਵੇ ਕਿਸੇ ਨੂੰ ਮਾੜਾ ਬੋਲਣ ਬਾਰੇ, ਕਿਸੇ ਨੂੰ ਉੱਚਾ ਬੋਲਣ ਬਾਰੇ, ਜਾਂ ਕਿਸੇ ਨੂੰ ਗਾਲ ਕੱਢਣ ਬਾਰੇ, ਕਿਸੇ ਨੂੰ ਧੱਕਾ ਮਾਰਨ ਬਾਰੇ, ਜਾਂ ਤੁਸੀਂ ਕੌਮ ਦੇ ਹੱਕ ਦੇ ਵਿੱਚ ਕੋਈ ਇਹੋ ਜਿਹਾ ਕੰਮ ਕੀਤਾ ਜਿਹਦੇ 'ਚ ਤੁਹਾਡੇ ਤੋਂ ਸਰਕਾਰਾਂ ਨੇ ਜਾਂ ਏਜੰਸੀਆਂ ਨੇ ਤੰਗ ਆ ਕੇ ਜਾਂ ਦੁਖੀ ਹੋ ਕੇ ਜਾਂ ਤੁਹਾਡੇ ਇਸ ਕੰਮ ਤੋਂ ਉਹਨਾਂ ਨੂੰ ਘਬਰਾ ਕੇ ਉਹਨਾਂ ਨੇ ਤੁਹਾਡੇ ਦੇਖੋ ਦਰਜ ਕੇਸ ਦਰਜ ਕੀਤਾ ਹੋਵੇ, ਜਾਂ ਤੁਸੀਂ ਦੱਸੋ ਕਿ ਕੌਮ ਦੇ ਉੱਤੇ ਸਭ ਤੋਂ ਵੱਡਾ ਕਹਿਰ ਵਰਤਿਆ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਗਰੀਬਾਂ ਦੇ ਜੱਟ ਵੀ ਹੋਏ, ਸਾਰੀ ਕੌਮ ਜਿਹੜੀ ਆ ਚਾਹੇ ਉਹ ਦੇਸ਼ 'ਚ ਬੈਠੇ ਸੀ ਸਿੱਖ ਚਾਹੇ ਵਿਦੇਸ਼ਾਂ 'ਚ ਬੈਠੇ ਸੀ ਤੜਪ ਉੱਠੇ ਪੂਰੀ ਤਰ੍ਹਾਂ, ਜਿਹੜੇ ਪੰਜਾਬ 'ਚ ਬੈਠੇ ਸੀ ਉਹ ਸਾਰੇ ਸੜਕਾਂ 'ਤੇ ਆ ਗਏ, ਇੱਥੇ ਵੀ ਸੜਕ ਕੇ ਜਿਹੜਾ ਉਹ ਸਰਕਾਰ ਦਾ ਵਿਰੋਧ ਹੋਇਆ, ਪੁਲਿਸ ਮਸ਼ੀਨਰੀ ਦਾ ਡਟ ਕੇ ਵਿਰੋਧ ਹੋਇਆ, ਉਹਨਾਂ ਦੇ ਖਿਲਾਫ਼ ਰੱਜ ਕੇ ਮੁਜ਼ਾਹਰੇ ਹੋਏ, ਈਵਨ ਇੱਥੋਂ ਤੱਕ ਕਿ ਸਰਵਾ ਸਰਕਾਰ ਦੇ ਨੁਮਾਇੰਦੇ ਵੀ ਜਦੋਂ ਬਾਹਰ ਆਏ ਉਹਨਾਂ ਦਾ ਕੁੱਟ ਕਟਾਪਾ ਵੀ ਹੋਇਆ। ਜੀ, ਕਿ ਇਹਨਾਂ ਨੂੰ ਵੀਰਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਕਿਤੇ ਜਾ ਕੇ ਕਿਤੇ ਅੱਧਾ ਘੰਟਾ ਘੰਟਾ ਜਾ ਕੇ ਸੰਗਤ ਬੈਠੇ ਕਿ ਭਾਈ ਅਸੀਂ ਵੀ ਇਸ ਕੌਮ ਦਾ ਹਿੱਸਾ ਹੈਗੇ ਹਾਂ, ਜਾਂ ਇਹ ਗੁਰੂ ਗ੍ਰੰਥ ਸਾਹਿਬ ਜਿਹਨਾਂ ਦੀ ਬੇਅਦਬੀ ਹੋਈ ਹੈ ਇਹ ਸਾਡੇ ਵੀ ਗੁਰੂ ਨੇ। ਦੇਖੋ ਬੰਦ ਕਮਰਿਆਂ 'ਚ ਬੈਠ ਕੇ ਤੇ ਮਾਈਕ ਮੋਹਰੇ ਰੱਖ ਕੇ ਜਾਂ ਪੁੱਠੀ ਟੋਪੀ ਲੈ ਕੇ ਜਾਂ ਮੈਂ ਇਹ ਕਹਾਂ ਕਿ ਕੋਈ ਬੋਤਲ ਮੋਹਰੇ ਰੱਖ ਕੇ ਇਹੋ ਜਿਹੀਆਂ ਬਿਆਨਬਾਜ਼ੀਆਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ। ਮੈਂ ਇਹ ਜਿਹੜੀ ਗੱਲਾਂ ਮੈਂ ਦੇਖੀਆਂ ਨੇ ਨਾ ਮੈਂ ਉਹੀ ਕਹਿ ਰਿਹਾ, ਮੈਂ ਫਾਲਤੂ ਨਹੀਂ ਕਹਿ ਰਿਹਾ ਜੀ, ਇਹਨਾਂ ਗੱਲਾਂ ਜਿਹੜੀਆਂ ਦੇਖੀਆਂ ਹੁੰਦੀਆਂ ਨੇ ਉਹੀ ਕਹਿ ਰਿਹਾ। ਪਰ ਜਦੋਂ ਉੱਪਰੀ ਵਾਹ ਚੱਲਦੀ ਹੋਵੇ ਨਾ ਫਿਰ ਕੋਈ ਬਿਰਲਾ ਹੀ ਮਾਈ ਦਾ ਲਾਲ ਜਿਹੜਾ ਉਹ ਆਪਣੀ ਖਿੜਕੀ ਖੋਲਦਾ ਜੀ। ਸੋ ਇਹ ਮਾਨ ਜਾਂ ਉਹਨਾਂ ਦੀ ਪਾਰਟੀ ਨੂੰ ਇਹ ਬਖਸ਼ਿਸ਼ ਲਾ ਲਓ ਜਾਂ ਇਹ ਜਿਹੜੇ ਅਖੌਤੀ ਬੁੱਧੀਜੀਵੀ ਨੇ ਇਹਨਾਂ ਨੂੰ ਲੱਗਦਾ ਵੀ ਇਹ ਝੱਲ ਪਿਆ ਹੋਇਆ, ਇਹਨਾਂ ਨੂੰ ਇਹ ਝੱਲ ਵੀ ਜੇ ਮੰਨ ਲਿਆ ਜਾਵੇ ਤਾਂ ਇਹ ਵੀ ਸਿੰਘ ਮਾਨ ਨੂੰ ਪਾਰਟੀ ਨੂੰ ਉਹਨਾਂ ਦੇ ਉੱਤੇ ਲੈਣਾ ਕਿ ਜਦੋਂ ਵੀ ਕੌਮ ਦੇ ਉੱਤੇ ਜਾਂ ਕਿਤੇ ਵੀ ਚਾਹੇ ਇਹ ਨਾਟ ਓਨਲੀ ਕਿ ਸਿੱਖ ਅਸੀਂ ਚਾਹੇ ਮੁਸਲਮਾਨਾਂ ਦੀ ਗੱਲ ਹੋਵੇ, ਦਲਿਤਾਂ ਦੀ ਗੱਲ ਹੋਵੇ, ਹਿੰਦੂਆਂ ਦੀ ਗੱਲ ਹੋਵੇ ਜਾਂ ਕ੍ਰਿਸਚੀਅਨ ਦੀ ਗੱਲ ਹੋਵੇ ਤਾਂ ਸਾਡੀ ਪਾਰਟੀ ਨੇ ਅੱਗੇ ਹੋ ਕੇ ਹਾਂ ਦਾ ਨਾਰਾ ਮਾਰਿਆ ਔਰ ਪੂਰਾ ਸੰਤਾਪ ਜਿਹਾ ਉਸ ਗੱਲ ਦੇ ਉੱਤੇ ਹੰਢਾਇਆ। ਹਾਂਜੀ ਸਰਦਾਰ ਰੇਸ਼ਮ ਸਿੰਘ ਜੀ, ਆਪਾਂ ਲਗਭਗ ਸਾਡੇ ਕੋਲ ਆਖਰੀ ਸਵਾਲ ਹੀ ਰਹਿ ਗਿਆ ਕਿ ਸਰਬੱਤ ਖਾਲਸਾ 2016 ਸਾਡੇ ਸਿਰ ਤੇ ਆ, ਤਕਰੀਬਨ ਇੱਕ ਮਹੀਨਾ ਹੀ ਬਚ ਰਿਹਾ, ਸਾਡੇ ਕੋਲ ਇੱਕ ਮਹੀਨੇ ਤੋਂ ਵੀ ਘੱਟ ਦਿਨ ਬਚੇ ਹੋਏ ਆ,
एक गल वार बार आ रही है कि एकता होनी चाहिए आ। मैं एक हाँ जा ना दे विच पहला उत्तर लवां फिर अगे सवाल करना, की तुसीं एकता दे हामी हो? ਬਿਲਕੁਲ ਜੀ, ਅਸੀਂ ਜਿਹੜਾ ਗੁਰੂ ਦਾ ਸਿੱਖ ਆ ਜੀ, ਉਹ ਤਾਂ ਹਮੇਸ਼ਾ ਕੌਮ ਦੇ ਭਵਿੱਖ ਨੂੰ ਦੇ ਕੇ ਇਸ ਗੱਲ ਲਈ ਬਹੁਤ ਹੀ ਫਿਕਰਮੰਦ ਹੈ ਕਿ ਕੌਮ 'ਚ ਏਕਤਾ ਹੋਵੇ, ਕਿਸ ਤਰ੍ਹਾਂ ਹੋਵੇ। ਇਹ ਇੱਕ ਬਹੁਤ ਵੱਡਾ ਸਵਾਲੀਆ ਚਿੰਨ੍ਹ ਹੈ, ਪਰ ਇਹ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਅਸੀਂ ਸਾਰੀਆਂ ਗੱਲਾਂ ਨੂੰ ਪਿੱਛੇ ਰੱਖ ਕੇ ਅਸੀਂ ਕੌਮ ਦੀ ਏਕਤਾ ਚਾਹੁੰਦੇ ਹਾਂ। ਜੀ ਇੱਥੇ ਇੱਕ ਗੱਲ ਵੀ ਹੈ ਕਿ ਇੱਕ ਸਰੀਰਾਂ ਦੀ ਏਕਤਾ ਹੁੰਦੀ ਆ, ਇੱਕ ਮਨਾਂ ਦੀ ਏਕਤਾ। ਮਨਾਂ ਦੀ ਏਕਤਾ ਉਤੋਂ ਕਈ ਗੁਣਾ ਅੱਗੇ ਆ ਜਾਂ ਸਰਵੋਤੋਂ ਮੰਨੀ ਜਾਂਦੀ ਹੈ ਮਨਾਂ ਦੀ ਏਕਤਾ। ਉਹ ਮਨਾਂ ਦੀ ਏਕਤਾ ਕਿਹੜੇ ਆਧਾਰਾਂ ਤੇ ਹੋ ਸਕਦੀ ਆ? ਤੁਸੀਂ ਇਹਦੇ ਬਾਰੇ ਕੁਝ ਸੋਚਦੇ ਹੋ ਕਿ ਉਹ ਕਿਹੜੀਆਂ ਗੱਲਾਂ ਤੋਰੀਆਂ ਜਾਣ ਜਿਹਦੇ ਨਾਲ ਸਾਡੀ ਕੌਮ 'ਚ ਏਕਤਾ ਹੋਵੇ? ਅਤੇ ਸਰਬੱਤ ਖਾਲਸਾ ਦੇ ਬਾਰੇ ਇੱਕ ਗੱਲ ਹੁਣ ਵੀ ਸਾਹਮਣੇ ਚੱਲ ਰਹੀ ਹੈ, ਵਿਧੀ ਵਿਧਾਨ ਦੀ 18 ਦੀ ਕੌਲ ਵੀ ਆਈ ਹੋਈ ਆ, ਜਥੇਦਾਰਾਂ ਨੂੰ ਵੀ ਪੰਜ ਸਿੰਘਾਂ ਨੇ ਸੱਦਾ ਦਿੱਤਾ ਹੋਇਆ। ਇੱਕ ਵੱਖਰਾ ਵਿਸ਼ਾ ਵਾ, ਉਹ ਆਪਾਂ ਅਜੇ ਥੋੜ੍ਹੀ ਜਿਹੀ ਉਡੀਕ 'ਚ ਹਾਂ ਕਿ ਜਥੇਦਾਰ ਹਵਾਰਾ ਸਾਹਿਬ ਨੂੰ ਅੱਜ ਪ੍ਰੋਫੈਸਰ ਮਿੰਦਰਪਾਲ ਸਿੰਘ ਮਿਲਣ ਗਏ ਨੇ ਤੇ ਉਹ ਕਾਫੀ ਕੁਝ ਸਪਸ਼ਟ ਹੋਣ ਵਾਲਾ ਬਾਕੀ ਆ। ਸੋ ਫਿਰ ਵੀ ਜਿਹੜੀ ਏਕਤਾ ਵਾ, ਮੈਂ ਵੀ ਇੱਕ ਸਿੱਖ ਵਜੋਂ, ਚਾਹੇ ਮੈਂ ਵੀ ਪਾਰਟੀ ਨਾਲ ਜੁੜਿਆ ਹੋਇਆ, ਪਰ ਉਹ ਗੱਲ ਆਪਾਂ ਜ਼ਰੂਰ ਛੇੜੀਏ ਕਿ ਏਕਤਾ ਕਿਹੜੇ ਆਧਾਰਾਂ ਤੇ ਹੋਵੇ ਅਤੇ ਉਹਦਾ ਮੁੱਢ ਕਿਵੇਂ ਬੱਝੇ, ਅਤੇ ਵਖਰੇਵੇਂ ਜਿਹੜੇ ਆ ਬਿਨਾਂ ਸ਼ੱਕ ਰਹਿਣੇ ਵੀ ਆ ਤੇ ਉਹ ਕਿਵੇਂ ਘਟਾ ਕੇ, ਅਤੇ ਜਿਹੜਾ ਸਰਬੱਤ ਖਾਲਸਾ ਉਹਦੇ ਚੋਂ ਕੌਮ ਨੂੰ ਕੋਈ ਨਵੀਂ ਸੇਧ ਮਿਲ ਸਕੇ। ਤੇ ਆਪਾਂ ਇਹਦੇ ਬਾਰੇ ਚਾਹੁੰਦੇ ਹਾਂ ਕਿ ਤੁਹਾਡੇ ਵਿਚਾਰ ਜਾਣਨੇ ਕਿ ਏਕਤਾ ਕਿਸ ਆਧਾਰਾਂ ਤੇ ਹੋਣੀ ਚਾਹੀਦੀ ਆ। ਜੀ ਇੱਕ ਜੀ, ਮੈਂ ਆਪਣੇ ਤਜਰਬੇ ਤੋਂ ਕਹਿੰਦਾ ਕਿ ਮੈਂ ਤਕਰੀਬਨ 30-32 ਸਾਲ ਇਸ ਸੰਘਰਸ਼ ਦੇ ਨਾਲ ਜੁੜੇ ਮੁਖੀ ਆ ਕਿ ਜਿਹੜੇ ਸਾਡੇ ਤਜਰਬੇ ਨੇ ਨਾ ਜੀ, ਉਹ ਵੀ ਇੱਕ ਸਾਡਾ ਇੱਕ ਬਹੁਤ ਵੱਡਾ ਕਾਰਨ ਬਣਿਆ ਹੋਇਆ ਏਕਤਾ ਨਾ ਹੋਣ ਵਿੱਚ। ਜੀ ਸਮੇਂ ਸਮੇਂ ਤੇ ਜਿਹੜੇ ਧੋਖੇ ਹੋਏ, ਸਮੇਂ ਸਮੇਂ ਤੇ ਜਿਹੜੇ ਸਟੈਂਡ ਬਦਲੇ ਗਏ, ਦੌਰਾਨ ਬਦਲੇ ਗਏ, ਤੇ ਕੌਮ ਦਾ ਨੁਕਸਾਨ ਹੋਣ ਤੋਂ ਬਾਅਦ ਆਪਣਾ ਜਿਹੜਾ ਯੂ ਟਰਨ ਮਾਰੇ ਗਏ, ਤੇ ਬਹੁਤ ਸਾਰੇ ਇਸ਼ੂ ਹੈਗੇ ਨੇ। ਕਿਵੇਂ ਸਰਕਾਰ ਨਾਲ ਡੀਲ ਕਰਨਾ ਹੈ, ਕਿਹੜੇ ਇਸ਼ੂ ਤੇ ਅਸੀਂ ਇਲੈਕਸ਼ਨ ਲੜਨੀ ਹੈ, ਕਿਹੜੇ ਇਸ਼ੂ ਦੇ ਉੱਤੇ ਅਸੀਂ ਧਰਮ ਦੀ ਗੱਲ ਕਰਨੀ ਹੈ, ਇਹ ਬਹੁਤ ਸਾਰੇ ਇਸ਼ੂ ਨੇ ਸਾਡੇ ਕੋਲ। ਜੀ ਪਰ ਜਦੋਂ ਤੱਕ ਅਸੀਂ ਧਾਰਮਿਕ ਵਿਸ਼ਿਆਂ ਦੇ ਉੱਤੇ ਅਸੀਂ ਇੱਕ ਮੁੱਠ ਨਹੀਂ ਹੁੰਦੇ, ਅਸੀਂ ਪੋਲੀਟੀਕਲ ਇਸ਼ੂਜ਼ ਦੇ ਉੱਤੇ ਇੱਕ ਨਹੀਂ ਹੋ ਸਕਦੇ। ਜੀ ਤੇ ਮੈਂ ਬੇਨਤੀ ਇਹ ਕਰਾਂਗਾ ਕਿ ਇੱਕ ਤਾਂ ਜਿਵੇਂ ਮੈਂ ਪਹਿਲਾਂ ਕੀਤੀ ਹੈ ਕਿ ਜਿਹੜੇ ਉਹ ਗੱਲਾਂ ਜਿਹੜੀਆਂ ਸਾਡੀ ਕੌਮ ਨੂੰ ਵੰਡਦੀਆਂ ਹੋਣ, ਉਹ ਗੱਲਾਂ ਨੂੰ ਰੋਕਣ ਵਾਸਤੇ ਜਿਹੜੇ ਸੁਝਾਅ ਜਿਹੜੇ ਆ ਸਾਨੂੰ ਦੇਣੇ ਚਾਹੀਦੇ ਆ ਪ੍ਰਬੰਧਕਾਂ ਨੂੰ, ਜਥੇਦਾਰ ਸਾਹਿਬਾਂ ਨੂੰ। ਦੂਜਾ ਜਿਹੜਾ ਵੱਡਾ ਮੈਂ ਸਮਝਦਾ ਕਿ ਅਸੀਂ ਗੱਲਾਂ ਦੂਸਰੀਆਂ ਪੋਲੀਟੀਕਲ ਪਾਰਟੀਆਂ ਦਾ ਉਹਨਾਂ ਦੀ ਤਰ੍ਹਾਂ ਸਾਰੇ ਹੀ ਕਰ ਰਹੇ ਹਾਂ, ਚਾਹੇ ਬੁੱਧੀਜੀਵੀ ਵਰਗ ਹੈ, ਚਾਹੇ ਸਾਡੇ ਕੋਈ ਪੰਥਕ ਜਥੇਬੰਦੀਆਂ ਨੇ, ਧਾਰਮਿਕ ਜਥੇਬੰਦੀਆਂ ਨੇ, ਸਾਡੇ ਪ੍ਰਚਾਰਕ ਨੇ, ਸਾਰੇ ਹੀ ਕਹਿੰਦੇ ਨੇ ਕਿ ਨਸ਼ੇ ਨੇ ਜਿਹੜਾ ਪੰਜਾਬ ਦਾ ਜਰਾ ਕਰ। ਜੀ ਅਜੇ ਤੱਕ ਇੱਕ ਵੀ ਐਫਰਟ ਜਿਹੜੀ ਹੈ ਕਿਸੇ ਪਾਸਿਓਂ ਸਾਹਮਣੇ ਨਹੀਂ ਆਈ। ਸਰਕਾਰਾਂ ਕਰ ਰਹੀਆਂ ਨੇ ਉਹ ਕਿਉਂ ਰੋਕਣਗੀਆਂ? ਏਜੰਸੀਆਂ ਕਰ ਰਹੀਆਂ ਨੇ ਉਹ ਉਜਾੜਨਾ ਚਾਹੁੰਦੀਆਂ ਨੇ ਪੰਜਾਬ ਨੂੰ, ਉਹ ਕਿਉਂ ਰੋਕਣਗੀਆਂ? ਪੁਲਿਸ ਜਿਹੜੀ ਆ ਦੋਨਾਂ ਹੱਥਾਂ ਨਾਲ ਲੁੱਟ ਰਹੀ ਹੈ ਪੰਜਾਬ ਨੂੰ, ਉਹ ਕਿਉਂ ਰੋਕੂਗੀ? ਜਿਹੜੇ ਲੁੱਟੇ ਜਾ ਰਹੇ ਆ, ਜਿਹੜੇ ਉਜਾੜੇ ਜਾ ਰਹੇ ਆ, ਜਿਹਨਾਂ ਦੇ ਘਰ ਖਾਲੀ ਹੋ ਰਹੇ ਆ, ਜਿਹੜੇ ਉਹਨਾਂ ਲੋਕਾਂ ਦੀ ਅਗਵਾਈ ਕਰਦੇ ਆ, ਉਹ ਜਿਹੜੀਆਂ ਸੰਪਰਦਾਵਾਂ, ਉਹ ਜਿਹੜੀਆਂ ਧਾਰਮਿਕ ਜਥੇਬੰਦੀਆਂ, ਉਹ ਸਾਡੇ ਪ੍ਰਚਾਰਕ, ਉਹ ਸਾਡੀਆਂ ਪੰਥਕ ਪੋਲੀਟੀਕਲ ਪਾਰਟੀ, ਉਹ ਸਾਰੀਆਂ ਇਕੱਠੀਆਂ ਹੋ ਕੇ ਅੱਗੇ ਕਿਉਂ ਨਹੀਂ ਆਈਆਂ ਇਸ ਪੰਥ ਨੂੰ ਬਚਾਉਣ ਵਾਸਤੇ, ਕਿਉਂਕਿ ਨੌਜਵਾਨ ਨੂੰ ਬਚਾਉਣ ਵਾਸਤੇ? ਜੀ ਕੀ ਸਾਡੇ ਜਿਹੜੇ ਬਖਰੇਵੇਂ ਆ ਏਡੇ ਭਾਰੂ ਹੋ ਗਏ ਸਾਡੇ ਤੇ, ਕਿ ਸਾਡੇ ਘਰਾਂ ਦੇ ਵਿੱਚ ਸਾਡੇ ਪੁੱਤ ਜਿਹੜੇ ਮਰੇ ਪਏ ਹੋਣ, ਤੇ ਅਸੀਂ ਗੱਲ ਕਰੀ ਜੀ ਸਿਮਰਨ ਸਿੰਘ ਮਾਨ ਨੇ ਫਲਾਣੇ ਟਾਈਮ ਤੇ ਰਾਜੀਵ ਗਾਂਧੀ ਨੇ ਹੱਥ ਮਾਰ ਲਿਆ ਸੀ ਜੀ, ਬਹੁਤ ਗੱਡੀ ਅਵਗਿਆ ਹੋ ਗਈ। ਤੁਸੀਂ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਕਿਹੜੀ ਕੌਮ, ਕਿਹੜੀ ਪਾਰਟੀ ਦਾ, ਕਿਹੜੀ ਧਿਰ ਦਾ ਲੀਡਰ ਕੀ ਕਰਦਾ ਹੈ, ਇਹ ਕਹਿਣ ਵਾਸਤੇ ਉਹਨਾਂ ਕੋਲ ਵੀ ਬਹੁਤ ਕੁਛ ਹੋਊਗਾ, ਸਾਡੇ ਕੋਲ ਵੀ ਹੋ ਜਾਂਦਾ। ਜੀ ਪਰ ਇਹ ਸਮਾਂ ਜਿਹੜਾ ਇਹ ਇਹਦੀਆਂ ਗੱਲਾਂ ਦਾ ਨਹੀਂ ਹੈ, ਜੋ ਸੋਸ਼ਲ ਮੀਡੀਆ 'ਚ ਮੈਂ 8 ਮਹੀਨੇ ਤੋਂ ਦੇਖ ਰਿਹਾ, ਯਾਨੀ ਕਈ ਵਾਰੀ ਜਿਹੜੇ ਸਵੇਰ ਦੇ ਸਿੱਖ ਨੇ ਜਿਹੜੇ ਸੋਸ਼ਲ ਮੀਡੀਆ ਵਾਚ ਕਰ ਰਹੇ ਨੇ, ਉਹ ਰੋਣ ਚਲੇ ਜਾਂਦੇ, ਰੋਣ ਲੱਗ ਪੈਂਦੇ ਨੇ, ਉਹ ਰੋਣ ਹੱਕੇ ਹੋ ਜਾਂਦੇ ਨੇ ਵੀ ਭਾਈ ਹੁਣ ਤਾਂ ਮੁੜ ਪਓ ਯਾਰ, ਇੰਨਾ ਨੁਕਸਾਨ ਹੋ ਗਿਆ, ਤੁਸੀਂ ਕਿਉਂ ਜ਼ਹਿਰ ਉਗਲੀ ਜਾਂਦੇ ਹੋ, ਕਿਉਂ ਖਟਾਸ ਹੋਈ ਜਾਂਦਾ? ਜੀ
ਬਹੁਤ ਸਾਰੇ ਵੀਰ ਜਿਹੜੇ ਆ ਉਹਨਾਂ ਦਾ ਅਣਜਾਣੇ ਚ ਬਹੁਤ ਸਾਰੇ ਅਣਜਾਣੇ ਚ ਇਸ ਕੰਮ ਤੇ ਲੱਗੇ ਹੋਏ ਨੇ ਜਿਹਦੇ ਨਾਲ ਕੌਮ ਦਾ ਨੁਕਸਾਨ ਹੋ ਰਿਹਾ। ਸੋ ਅਸੀਂ ਇਹੀ ਕਹਾਂਗੇ ਭਾਈ ਜੇ ਅਸੀਂ ਏਕਤਾ ਚਾਹੁੰਦੇ ਹਾਂ ਤਾਂ ਇੱਕੋ ਹੀ ਗੱਲ ਤੇ ਆ ਜਾਓ ਤੁਸੀਂ ਸਾਰੇ ਬਈ ਸਾਡਾ ਗੁਰੂ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਹੈ ਤੇ ਜਿਹੜੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਹ ਸਾਡਾ ਦੁਸ਼ਮਣ ਹੈ। ਅਸੀਂ ਵਾਰ ਵਾਰ ਗੱਲ ਕਰਦੇ ਹਾਂ ਪਵਨਪ੍ਰੀਤ ਸਿੰਘ ਜੀ ਜਦੋਂ ਸਿੱਖ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ ਉਹਨੂੰ ਇਹ ਗੱਲ ਦੀ ਪ੍ਰੇਰਨਾ ਕੀਤੀ ਜਾਂਦੀ ਹੈ ਕਿ ਤੂੰ ਅੱਜ ਤੋਂ ਬਾਅਦ ਇੱਥੇ ਧੀਰ ਮੱਲੀਏ ਰਾਮ ਰਾਜੀਏ ਇਹਨਾਂ ਨਾਲ ਨਹੀਂ ਵਰਤਣਾ। ਜੇ ਤੁਸੀਂ ਸਾਰੇ ਮੇਰੇ ਵੀਰ ਜਿਹੜੇ ਸੁਣ ਰਹੇ ਹੋਣਗੇ ਉਹ ਇਤਿਹਾਸ ਤੋਂ ਵਾਕਫ ਹੋਣਗੇ ਉਹਨਾਂ ਨੂੰ ਪਤਾ ਵੀ ਇਹਨਾਂ ਦਾ ਬਾਈਕਾਟ ਪੰਥ ਨੇ ਕੌਮ ਨੇ ਗੁਰੂ ਸਾਹਿਬਾਨ ਨੇ ਕਿਉਂ ਕੀਤਾ ਜੀ। ਇਸ ਕਰਕੇ ਕਿ ਗੁਰੂ ਘਰ ਦੇ ਹਮਲਾਵਰ ਨੇ ਇਹ ਗੁਰੂ ਦੇ ਕਾਤਲ ਨੇ ਭਾਵੇਂ ਇਹ ਗੁਰੂ ਦੇ ਪਰਿਵਾਰ ਚ ਹੀ ਪੈਦਾ ਹੋਏ ਨੇ ਪਰ ਇਹ ਗੁਰੂ ਘਰ ਦੇ ਹਮਲਾਵਰ ਨੇ ਤੇ ਜਿਹੜੇ ਅੱਜ ਗੁਰੂ ਘਰ ਦੇ ਹਮਲਾਵਰ ਨੇ ਉਹ ਸਾਡੇ ਘਰਾਂ ਚ ਸਾਡੀਆਂ ਮਹਿਫਲਾਂ ਚ ਆ ਕੇ ਕਿਵੇਂ ਭੰਗੜੇ ਪਾ ਸਕਦੇ ਨੇ ਕਿਵੇਂ ਸਾਡੇ ਪਿੰਡਾਂ ਦੇ ਵਿੱਚ ਆ ਕੇ ਉਹ ਜਥੇ ਤੇ ਨਗਰ ਕੀਰਤਨ ਕੱਢ ਸਕਦੇ ਨੇ। ਸੋ ਇਹ ਇਸ਼ੂ ਜਿਹੜਾ ਆ ਇਹ ਹਰ ਸਿੱਖ ਦਾ ਇਸ਼ੂ ਆ ਔਰ ਹਰ ਸਿੱਖ ਨੂੰ ਇਹਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਜੀ। ਸਰਦਾਰ ਰੇਸ਼ਮ ਸਿੰਘ ਜੀ ਲਗਭਗ ਆਪਣੀ ਗੱਲਬਾਤ ਦਾ ਸਮਾਂ ਸਮਾਪਤ ਆ ਹੁਣ, ਜਾਂਦੇ ਜਾਂਦੇ ਕੋਈ ਵਿਚਾਰ ਰਹਿ ਗਈ ਹੋਵੇ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਹਾਂਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਦੇਖੋ ਪਿਛਲੇ ਲੰਬੇ ਸਮੇਂ ਤੋਂ 70 ਸਾਲ ਤੋਂ ਕਹਿ ਲਈਏ ਤਾਂ ਵੀ ਕੋਈ ਬਹੁਤ ਅੱਤ ਕਠਿਨ ਨਹੀਂ ਹੈ। ਖਾਸ ਕਰ ਪਿਛਲੇ 35-40 ਸਾਲ ਤੋਂ ਪੰਜਾਬ ਨੇ ਬਹੁਤ ਵੱਡਾ ਸੰਤਾਪ ਜਿਹੜਾ ਹੁੰਦਾ ਆ ਜਿੱਥੇ ਸਾਨੂੰ ਫਿਜ਼ੀਕਲੀ ਮਾਰਿਆ ਗਿਆ, ਰਾਜਨੀਤਿਕ ਤੌਰ ਤੇ ਮਾਰਿਆ ਗਿਆ, ਧਾਰਮਿਕ ਤੌਰ ਤੇ ਮਾਰਿਆ ਗਿਆ, ਸਾਨੂੰ ਆਰਥਿਕ ਤੌਰ ਤੇ ਬਹੁਤ ਵੱਡੀ ਸੱਟ ਮਾਰੀ ਗਈ ਹੈ ਔਰ ਜਿਸ ਚੀਜ਼ ਦਾ ਫਾਇਦਾ ਲੈ ਕੇ ਅੱਜ ਜਿਹੜੀਆਂ ਗੈਰ ਸਿੱਖ ਜਿਹੜੀਆਂ ਪੋਲੀਟੀਕਲ ਪਾਰਟੀ ਨੇ ਉਹ ਆਪਣਾ ਪੈਰ ਚ ਮਾਰ ਰਹੀਆਂ ਨੇ ਪੰਜਾਬ ਦੇ ਵਿੱਚ। ਜੇ ਸਿੱਖਾਂ ਨੇ ਕੌਮ ਦੀ ਬੰਦ ਖਲਾਸੀ ਲਈ ਕੁਛ ਸੋਚਣਾ ਜਾਂ ਕਰਨਾ ਤਾਂ ਇਹ ਸਮਝਣ ਦੀ ਲੋੜ ਹੈ ਕਿ ਸਿੱਖਾਂ ਤੋਂ ਬਿਨਾਂ ਸਿੱਖੀ ਦੇ ਭਲੇ ਦੀ ਕੋਈ ਗੱਲ ਸੋਚ ਨਹੀਂ ਸਕਦਾ। ਅੱਜ ਜਿਹੜੇ ਅਸੀਂ ਜ਼ਿੰਮੀਦਾਰ ਭਰਾਵਾਂ ਦੀ ਖੁਦਕੁਸ਼ੀਆਂ ਦੀ ਜਾਂ ਉਹਨਾਂ ਦੀ ਆਰਥਿਕ ਮੰਦਵਾੜੀ ਦੀ ਗੱਲ ਕਰਦੇ ਹਾਂ ਇਹ ਵੀ ਸਾਡੇ ਸਰਬੱਤ ਖਾਲਸੇ ਦਾ ਇੱਕ ਖਾਸ ਮਤਾ ਹੋਣਾ ਚਾਹੀਦਾ ਕਿ ਇਹਨਾਂ ਵੀਰਾਂ ਨੂੰ ਅਸੀਂ ਇਸ ਮੰਦਵਾੜੇ ਤੋਂ ਕੱਢ ਕੇ ਜਾਂ ਇਹ ਜਿਹੜੀਆਂ ਰੋਜ਼ ਜਿਹੜੀਆਂ ਖੁਦਕੁਸ਼ੀਆਂ ਹੋ ਰਹੀਆਂ ਨੇ ਉਹਨਾਂ ਚੋਂ ਕਿਵੇਂ ਕੱਢਣਾ ਹੈ। ਜੇ ਇਹ ਵੀ ਗੱਲ ਅਸੀਂ ਸਰਕਾਰਾਂ ਤੋਂ ਛੱਡਣੀ ਹੈ ਤਾਂ ਫਿਰ ਅਸੀਂ ਅਜੇ ਆਪਣੀ ਸਿੱਖ ਕੌਮ ਲਈ ਅਜੇ ਸਿਹਤ ਨਹੀਂ ਹੋਏ ਜੀ। ਸਾਰਿਆਂ ਨੂੰ ਇਹ ਬੇਨਤੀ ਹੈ ਕਿ ਜਿੱਥੇ ਬਾਕੀ ਸਾਰੇ ਪੱਖਾਂ ਦੇ ਵਿਚਾਰ ਰਹੇ ਹਾਂ ਜਿਹੜਾ ਪੰਜਾਬ ਦਾ ਆਰਥਿਕ ਪੱਖ ਹੈ ਜਿਹੜਾ ਜ਼ਿੰਮੀਦਾਰੀ ਦਾ ਜਾਂ ਜ਼ਿੰਮੀਦਾਰ ਭਰਾਵਾਂ ਦਾ ਆਰਥਿਕ ਪੱਖ ਹੈ ਈਵਨ ਸਾਰੇ ਸਿੱਖਾਂ ਦਾ ਜੋ ਪੰਜਾਬ 'ਚ ਰਹਿੰਦੇ ਲੋਕਾਂ ਦਾ ਜਿਹੜਾ ਆਰਥਿਕ ਪੱਖ ਹੈ ਉਹਦੇ 'ਚ ਵੀ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਜਾਂਦੇ ਜਾਂਦੇ ਇੱਕ ਸਵਾਲ ਮੇਰੇ ਦਿਮਾਗ 'ਚ ਆਇਆ ਕਿ ਸਰਬੱਤ ਖਾਲਸਾ ਦੀ ਤਿਆਰੀ ਲਈ ਇੱਥੇ ਤੁਹਾਡੇ ਅਮਰੀਕਾ ਦੇ ਵਿੱਚ ਕੀ ਕੁਛ ਮੀਟਿੰਗਸ ਦਾ ਦੌਰ ਸ਼ੁਰੂ ਹੋ ਰਿਹਾ ਕਿਸੇ ਤਰ੍ਹਾਂ ਦਾ? ਹਾਂਜੀ ਇੱਕ ਤਾਂ ਸਾਡਾ ਸੈਚਰਡੇ ਮੀਟਿੰਗ ਰੱਖੀ ਗਈ ਹੈ ਸਾਡੇ ਕੈਲੀਫੋਰਨੀਆ ਦੇ ਕੁਛ ਗੁਰੂ ਘਰ ਜਿਹੜੇ ਉੱਥੇ ਇਕੱਠੇ ਹੋਣਗੇ ਤੇ ਉਸ ਤੋਂ ਬਾਅਦ ਅਸੀਂ 22 ਤਰੀਕ ਨੂੰ ਈਸਟ ਸਾਈਡ ਦੇ ਉੱਤੇ ਗੁਰੂ ਘਰਾਂ ਦੀ ਮੀਟਿੰਗ ਰੱਖੀ ਗਈ ਹੈ। ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿ ਕੈਲੀਫੋਰਨੀਆ ਦੇ ਵਿੱਚ ਇੱਕ ਵੱਡੇ ਪੱਧਰ ਉੱਤੇ ਗੁਰਦੁਆਰਾ ਕਮੇਟੀਆਂ ਦੀ ਮੀਟਿੰਗ ਹੋਵੇ ਤੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਇਸ ਵੇਲੇ ਬਾਹਰ ਦਾ ਪਿੱਛ ਜਿਹੜਾ ਉਹਦੀ ਮੁੰਡਾ ਇਸ ਵਕਤ ਲੱਗੀ ਹੋ ਰਹੀ ਹੈ ਤੇ ਇਹ ਪੰਥ ਦੀ ਏਕਤਾ ਜਿਹੜੀ ਹੈ ਕਿਵੇਂ ਹੋਊਗੀ। ਸੋ ਅਸੀਂ ਪੰਜਾਬ 'ਚ ਬੈਠੇ ਸਾਰੇ ਆਪਣੇ ਲੀਡਰਾਂ ਨੂੰ ਜਥੇਦਾਰ ਸਾਹਿਬਾਨਾਂ ਨੂੰ ਹੋਰ ਪੰਥ 'ਚ ਜਥੇਬੰਦੀਆਂ ਨੂੰ ਜਾਂ ਹੋਰ ਕਿਸੇ ਵੀ ਰੂਪ 'ਚ ਜਿਹੜਾ ਕੌਮ ਦੀ ਸੇਵਾ ਕਰ ਰਿਹਾ ਉਹਨਾਂ ਨੂੰ ਬੇਨਤੀ ਕਰਦੇ ਹਾਂ ਤੇ ਹਾਲ ਦੀ ਘੜੀ ਜਿਹੜੇ ਪੰਜਾਬ ਦੇ ਹਾਲਾਤ ਨੇ ਜਾਂ ਸਿੱਖਾਂ ਦੇ ਹਾਲਾਤ ਨੇ ਉਹਨਾਂ ਨੂੰ ਮੁੱਖ ਰੱਖਦੇ ਹਾਂ। ਸਾਰੀਆਂ ਗੱਲਾਂ ਨੂੰ ਪਿੱਛੇ ਰੱਖ ਕੇ ਸਿਰ 'ਚ ਫਿਰ ਪੰਜਾਬ ਤੇ ਪੰਜਾਬ ਦੇ ਲੋਕਾਂ ਬਾਰੇ ਸੋਚਣ ਦੀ ਲੋੜ ਹੈ ਜੀ। ਸਰਦਾਰ ਰੇਸ਼ਮ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ, ਸਵਾਲਾਂ ਦੇ ਉੱਤਰ ਦਿੱਤੇ ਅਤੇ ਆਪਣੇ ਸੁਝਾਅ ਵੀ ਰੱਖੇ। ਇੰਝ ਹੀ ਅੱਗੇ ਤੋਂ ਫਿਰ ਵੀ ਤੁਹਾਡੇ ਨਾਲ ਸਮਾਂ ਕੱਢ ਕੇ ਗੱਲ ਕਰਾਂਗੇ। ਤੁਹਾਡਾ ਧੰਨਵਾਦ, ਤੁਸੀਂ ਗੱਲਬਾਤ ਕੀਤੀ ਜੀ। ਬਹੁਤ ਧੰਨਵਾਦ ਜੀ ਤੁਹਾਡਾ ਵੀ, ਤੁਹਾਡੀ ਟੀਮ ਦਾ, ਤੁਸੀਂ ਸਮਾਂ ਦਿੱਤਾ ਕਿ ਅਸੀਂ ਜੋ ਪਿਛਲਾ ਆਪਣਾ ਵਿਚਾਰ ਸੀ, ਤਜਰਬਾ ਸੀ ਉਹ ਆਪਾਂ ਸਿੱਖਾਂ ਨਾਲ ਸਾਂਝਾ ਕਰ ਸਕਦੇ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।